करना तो जामा बलहारे चरना तो जामा बलहारे साहबा मेरी पीरी वाले साहबा मेरी पीरी वाले राज किताई बख्शे नारे राज किताई बख्शे नारे साहबा मेरी पीरी वाले साहबा मेरी पीरी वाले जोश जग दिया लोका दुरकारे जोश जग दिया लोका दुरकारे साहबा मेरी पीरी वाले साहबा मेरी पीरी वाले तेरे चरना तो जामा बलहारे तेरे चरना तो जामा बलहारे साहबा मेरी पीरी वाले साहबा मेरी पीरी वाले सिद्धियां दी चाबी तेरे हाथ है दिदियां ते सिद्धियां दी चाबी तेरे हाथ है नथ लिया जाल मन पाके नक नथ है दिदियां ते सिद्धियां दी चाबी तेरे हाथ है दिदियां ते सिद्धियां दी चाबी तेरे हाथ है दिदियां ते सिद्धियां दी चाबी तेरे हाथ है तार टिक्कियां दे काज सवारे टिक्कियां ते काज सवारे साहबा मेरी पीरी वाले साहबा मेरी पीरी वाले तेरे चरना तो जामा बलहारे तेरे चरना तो जामा बलहारे साहबा मेरी पीरी वाले साहबा मेरी पीरी वाले तेरा लख लख शुक्र गुजारे तेरा लख लख शुक्र गुजारे साहबा मेरी पीरी वाले साहबा मेरी पीरी वाले तेरे चरना तो जामा बलहारे तेरे चरना तो जामा बलहारे साहबा मेरी पीरी वाले साहबा मेरी पीरी वाले Thank you.
ਸਬਾਏਮਾਨ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਸਮੂਹ ਮਾਈ ਭਾਈ ਗੁਰੂ ਰੂਪ ਗੁਰ ਖਾਲਸਾ ਸਾਹਿਬ ਸੰਗਤ ਜੀਓ ਇੱਕੇ ਵਾਰ ਕਹਿਣ ਤੇ ਪਿਆਰ ਦਾ ਸਹਿਯੋਗ ਬਖਸ਼ਿਸ਼ ਕਰੋ। ਆਪ ਬੜੇ ਉੱਦਮ ਉਪਰਾਲੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰਾਂ ਤੋਂ ਚੱਲ ਕੇ ਦੁਨਿਆਵੀ ਧੰਦੇ ਨੂੰ ਤੱਜ ਕੇ ਖਾਸ ਰੁਝੇਵਿਆਂ ਨੂੰ ਰੋਕ ਕੇ ਸਤਿਗੁਰੂ ਜੀ ਦੀ ਸੰਗਤ ਵਿੱਚ ਹਾਜ਼ਰ ਹੋਣ ਵਾਸਤੇ ਬੜੇ ਉਮਾਹਾਂ ਨਾਲ ਚੱਲ ਕੇ ਆਏ ਹੋ। ਘਰਾਂ ਦੀਆਂ ਦਲੀਜ਼ਾਂ ਤੋਂ ਲੈ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਸ ਦਰਬਾਰ ਜੀ ਦੇ ਦਰਵਾਜ਼ੇ ਤੱਕ ਪਹੁੰਚਣ 'ਤੇ ਢਾਡੀ ਜਥੇ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਕਦਮ ਕਦਮ ਲੇਖੇ ਵਿੱਚ ਲੱਗਣ ਸਿੱਖੀ ਜੀਵਨ ਚੜ੍ਹਦੀ ਕਲਾ ਹੋਵੇ। ਸਤਿਗੁਰੂ ਜੀ ਦਾ ਮਹਾਂਵਾਕ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋ ਜਾਂਦੀ ਹੈ ਜਦੋਂ ਤੁਸੀਂ ਗੁਰੂ ਨੂੰ ਮਿਲ ਵਾਸਤੇ ਉਪਰਾਲਾ ਕਰਦੇ ਹੋ, ਉੱਦਮ ਕਰਦੇ ਹੋ, ਆਪਣੇ ਇਸ਼ਟ ਗੁਰਦੇਵ ਦੇ ਚਰਨਾਂ ਵਿੱਚ ਪਹੁੰਚਣ ਵਾਸਤੇ ਦਿਲਾਂ ਵਿੱਚ ਖੁਆਇਸ਼ ਰੱਖਦੇ ਹੋ। ਉਸੇ ਨੂੰ ਕਿਹਾ ਜਾਂਦਾ ਖਾਲਸਾ ਜੀ ਗੁਰਸਿੱਖ। ਸਿੱਖ ਤੇ ਆਪਾਂ ਹਾਂ ਹੀ, ਪਰ ਗੁਰਸਿੱਖ ਉਹੀ ਹੈ ਜੋ ਗੁਰੂ ਦਾ ਪਿਆਰ ਲੈ ਕੇ ਸੰਗਤ ਵਿੱਚ ਆਉਂਦਾ ਹੈ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੀ ਵੱਡੀ ਰਹਿਮਤ ਬਰਸਦੀ ਹੈ। ਫਿਰ ਇੱਕ ਸਿੱਖ ਦੋਏ ਸਾਧ ਸੰਗਤ। ਭਾਈ ਗੁਰਦਾਸ ਜੀ ਬੜਾ ਵੱਡਾ ਮਾਣ ਦਿੰਦੇ ਤੁਹਾਨੂੰ, ਘਰੋਂ ਇੱਕ ਸਿੱਖ ਚੱਲਿਆ। ਉਹ ਦਰਿਆਵੀ ਸੀ, ਸੰਸਾਰੀ ਸੀ, ਪਰਿਵਾਰੀ ਸੀ, ਪਰ ਭਾਈ ਸਾਹਿਬ ਜੀ ਦਾ ਕਥਨ ਬੜਾ ਉੱਚਾ ਹੈ। ਉਹ ਕਹਿੰਦੇ ਉਹ ਇੱਕ ਸਿੱਖ ਹੈ ਅਤੇ ਦੋ ਮਿਲ ਗਏ ਜਦੋਂ ਇੱਕ ਭਾਗਾਂ ਵਾਲਾ ਹੋਰ ਮਿਲ ਗਿਆ ਗੁਰੂ ਘਰ ਵੱਲ ਆਉਂਦਿਆਂ। ਇੱਕ ਸਿੱਖ ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ ਸਾਧ ਸੰਗਤ ਦੇ ਰੂਪ ਤੋਂ ਪੰਜਾਂ ਵਿੱਚ ਪਰਮੇਸ਼ਰ ਵਰਸਦਾ ਹੈ। ਇਹ ਭਾਈ ਗੁਰਦਾਸ ਜੀ ਕਹਿ ਰਹੇ ਨੇ। ਅਤੇ ਜੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ, ਦਤਾਰ ਜੀ ਤੁਹਾਡਾ ਕੀ ਹੁਕਮ ਹੈ? ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ ਭਾਗਾਂ ਵਾਲਿਓ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਗੁਰੂ ਕੀ ਸੰਗਤ ਵਿੱਚ ਫਿਰ ਪ੍ਰਭੂ ਦਾ ਵਾਸਾ ਹੁੰਦਾ ਹੈ। ਤੁਹਾਡੇ ਹਿਰਦੇ ਵਿੱਚ ਸ਼ਬਦ ਵਰਸ ਰਿਹਾ, ਸ਼ਬਦ ਪ੍ਰਕਾਸ਼ ਹੈ ਜੀ ਆਇਆਂ ਨੂੰ। ਐਸੀਆਂ ਭਿੱਜੀਆਂ ਹੋਈਆਂ ਆਤਮਾ ਵਿੱਚੋਂ ਦੇਵਤਿਆਂ ਦੇ ਰੂਪ ਵਿੱਚ ਸੱਜ ਬੈਠੇ ਹੋ, ਅਸੀਸ ਬਖਸ਼ਿਓ ਆਪਣੇ ਢਾਡੀ ਜਥੇ ਦੀ, ਹਾਜ਼ਰੀ ਲਵਾਇਓ, ਆਗਿਆ ਬਖਸ਼ਿਸ਼ ਕਰਨੀ ਹੈ। ਗੁਰੂ ਦੀ ਬਖਸ਼ਿਸ਼ ਰਹਿਮਤ ਖੁਸ਼ੀ ਆਪਣੀ ਝੋਲੀ ਵਿੱਚ ਪਾਓ ਅਤੇ ਇੱਕ ਕਿਣਕਾ ਰਹਿਮਤ ਦਾ ਜਿਹੜਾ ਉਹ ਵਿਸ਼ਾਲ ਹਿਰਦੇ ਵਿੱਚੋਂ ਪਵਿੱਤਰ ਰਸਨਾ ਦੇ ਰਾਹੀਂ ਗੁਰਮਤਿ ਦੀ ਸਾਂਝ ਪਾ ਕੇ ਚਾਰ ਯੁੱਗਾਂ ਦੀ ਭਗਤੀ ਦਾ ਸੁਨਮੇਲ ਹੁੰਦਾ ਹੈ ਜਦੋਂ ਤੁਸੀਂ ਪਿਆਰ ਦੇ ਨਾਲ ਉਚਾਰਨ ਕਰਦੇ ਹੋ। ਗੱਜ ਵੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਿਮਰਨ ਹੈ, ਇਹ ਆਪ ਜੀ ਨੇ ਸਿਮਰਨ ਕਰਕੇ ਹੁਕਮ ਕਰ ਦਿੱਤਾ ਹੈ, ਆਗਿਆ ਦੇ ਦਿੱਤੀ ਹੈ ਗੁਰੂ ਦੇ ਪਿਆਰ ਵਿੱਚ ਦਾਸ ਦੇ ਜਥੇ ਨੂੰ। ਜਿੰਨੇ ਵੀ ਗੁਰੂ ਪਿਆਰੇ ਆਏ ਉਹ ਸਭਨਾਂ ਨੂੰ ਜੀ ਆਇਆ ਨੂੰ ਇੱਕ ਵਿਸ਼ੇਸ਼ ਅਰਦਾਸ ਹੈ। ਜਿਨ੍ਹਾਂ 'ਤੇ ਮੇਰੇ ਸਤਿਗੁਰੂ ਦੀ ਕਿਰਪਾ ਹੋਵੇ, ਸੱਚਮੁੱਚ ਹੀ ਉਹ ਕਿਰਪਾ ਦੇ ਵਿੱਚੋਂ ਦਾਤੇ ਦੀ ਰਹਿਮਤ ਵਿੱਚੋਂ ਸੰਗਤ ਨਾਲ ਵੀ ਲਫਾਸ ਅਲਫਾਸ ਆਪਣਾ ਪਿਆਰ ਸ਼ਰਧਾ ਭਾਵਨਾ ਉਹ ਸਾਂਝੀ ਕਰ ਲੈਂਦੇ ਨੇ ਅਤੇ ਨਾਲੇ ਖਾਸ ਕਰਕੇ ਗੁਰੂ ਕੋਲੋਂ ਮੰਗਣ ਦਾ ਢੰਗ ਹੈ ਬਹੁਤ ਹੀ ਸਤਿਕਾਰਯੋਗ। ਸਤਿਗੁਰੂ ਜੀ ਦੇ ਵਜ਼ੀਰ, ਗੁਰੂ ਘਰ ਦੇ ਸੇਵਾਦਾਰ, ਸੰਗਤ ਦੇ ਆਦਰਣੀਏ, ਆਪਣੇ ਢਾਡੀ ਜਥੇ ਨੂੰ ਅਸੀਸ ਵੀ ਦਿੱਤੀ ਹੈ ਅਤੇ ਪਿਆਰ ਨਾਲ ਉਹਨਾਂ ਕੁਝ ਹੁਕਮ ਵੀ ਲਾਇਆ। ਗਿਆਨੀ ਬਲਵਿੰਦਰ ਸਿੰਘ ਜਿਨ੍ਹਾਂ 'ਤੇ ਅਪਾਰ ਬਖਸ਼ਿਸ਼ ਹੈ ਮੇਰੇ ਦਾਤੇ ਦੀ, ਬਹੁਤ ਵਧੀਆ ਢੰਗ ਦੇ ਨਾਲ ਆ ਉਹਨਾਂ ਨੇ ਪੱਤਰਿਕਾ ਦੇ ਕੇ ਦਾਸ ਨੂੰ ਹੁਕਮ ਲਗਾਇਆ ਕਿ ਹੱਥ ਜੋੜ ਕੇ ਇਹ ਸਾਰੇ ਸਿੱਖਾਂ ਦੀ ਅਰਦਾਸ ਵੀ ਹੋਵੇਗੀ। ਕਹਿੰਦੇ ਖਾਸ ਕਰਕੇ ਦਾਸ ਦੀ ਅਰਦਾਸ ਅਰਦਾਸ ਕਰਨੀ ਹੈ। ਸਭ ਤੋਂ ਪਹਿਲਾਂ ਕਹਿੰਦੇ ਗੜਗੜ ਜੀ ਫਤਿਹ ਬੁਲਾ ਕੇ ਇਤਿਹਾਸਬਾਦ ਸ਼ੁਰੂ ਕਰਿਓ ਕਿ ਸੰਸਾਰ ਦੇ ਉੱਪਰ ਆਏ ਪਰਮੇਸ਼ਰ ਦੀ ਰਜਾ ਵਿੱਚ 84 ਲੱਖ ਜੂਨ। ਮੈਂ 84 ਲੱਖ ਜੂਨ ਕਿਹਾ ਹੈ, ਭਾਈ ਸਾਹਿਬ ਜੀ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਸਰਬੱਤ ਦੇ ਭਲੇ ਵਿੱਚ 84 ਲੱਖ ਜੂਨ ਆਉਂਦੀ ਹੈ। 42 ਲੱਖ ਜੂਨ ਧਰਤੀ ਤੋਂ ਥੱਲੇ ਪਾਣੀ ਵਿੱਚ ਹੈ
विद्वाना का कथन है 42 लाख जून धरती तो लैके वाजू मंडल तक है परमेश्वर की यह रचना है। तो परमेश्वर की रचना विच कायनात संसार 84 लाख जून तो सरदार जिदे हथ विच सिकदारी सरदारी ते जुम्मेवारी दे के मनुख नू रहत मुक्त किया है होर जूना तो उन्हां दे सारयां दे भले की अरदास करते ने ज्ञानी बलविंदर सिंह जी प्रवान करियो जी 84 लाख जून दे भले की अरदास होवेगी विचे साड़ी हो जानी है जदों तुसी निम्रता नाल गुरु अगे झुक के वह कहिंदे जी एक किनका गुरु कृपा करदे संगत दे राही सानू भी मिल जाए। बड़े सुचजे ढंग नाल उन्होंने पत्रिका विच लिखिया है, मैं उही बेनती कर दिती है गुरु अगे सारे झुक के प्रेम नाल जिथे फतेह बुलाई है एक बार आखो जी नानक नाम चढ़दी कला तेरे भाणे सरबत। वड्डी अरदास है जी, प्रमाणित अरदास है, प्यार दी अरदास है ते गुरमत दी अरदास। मेरे तो पहला स्टेज संचालक प्रबंधकों वालों प्रधान साहब जी की तंदुरुस्ती वास्ते अरदास की गई है, मैं भी अपने वालों अरदास करांगा। ढाडी जथे वालों सतगुरु अगे हाथ जोड़ के दतार जी कृपा करियो, तुहाडी रहमत का सदका संगत विच तुसी वसे, संगत का प्यार प्रधान साहब जी उन्हां नूं मिलिया सत्कारयोग सरदार सुखचैन सिंह जी उन्हां दी तंदुरुस्ती की कामना करते हुए गुरसिखा ने अरदास करवाई है, क्योंकि जिम्मेवारी बड़ी आप जी दे घर की संगत ने उन्हां दे मोढ़े ते रखी ते तंदुरुस्ती जरूरी, उन्हां नूं तंदुरुस्ती दिओ। संगत विच इसे तरह जमात कलामात बन के प्रबंधकां नाल मिल के सेवा करन दे योग सदा चढ़दी कला विच रहन दास दी भी अरदास है, गुरु कृपा करे जी। बड़े अमृतमई बोलां दे नाल कीर्तन होया अमृत वेले तो फिर स्टेज ते मुख वाक लै गए और फिर कीर्तन होया, फिर बच्ची ने साड़ी मैं पोतरी कहां क्योंकि बलबीर सिंह पारस दी शिगिरद बच्ची ने सुखमनप्रीत कौर ने भी अपनी हाजरी भरी। साढ़े तो हुणे हुणे पहला गुरु घर दे वजीर ते कीर्तनीए जिन्हां ते अपार बख्शिश मेरे दाते दी गुरबाणी दे शब्दां दे राही अमृत बरस रहा सी भाई साहब भाई रणजीत सिंह सहत जथे, उन्होंने कीर्तन किया कलयुग में कीर्तन प्रधाना गुरमुख जपिए लाए। बड़े प्रेम नाल तुसी जपिया ते सुनिया, सतगुरु अगे अरदास करांगा दिन दुगणी रात चौगणी दाता जी सेवा सिमरन की दात उन्हां दी झोली विच पाई रखियो, अपने चरणां नाल जोड़ना संगत विच मान प्राप्त होवे गुरबाणी की सोझी इस तरह संगतां नूं करवाउंदे रहण। उपरंत मैं बेनती की है जी तुसां ने सतगुरु गुरु नानक साहब जी के 6वें स्वरूप मीरी पीरी के मालिक सच्चे पातशाह जी दे इस कविता के राही बंदना के राही दर्शन दीदारे कर ले ने। कल का इतिहास आप जी के हुक्म के नाल गुरु नानक साहब जी के दर घर के अनन सेवक पूर्ण गुरसिख राज जोगी तत्वेता ब्रह्म ज्ञानी युग पुरश धन धन बाबा बुढ़ा साहब जी तिना की काल कमाई आप जी ने सरवण की दास के जत्थे को कि सच्चे पातशाह जी ने उन्होंने अपार बख्शिश की अरदास प्रवान करके उन्होंने वरदान की दिते और धन गुरु नानक साहब जी के दूजे तीजे चौथे ते पंजवें स्वरूप ने कृपा करके बाबा बुढ़ा साहब जी को केड़ी सेवा लई। ये कल आप जी ने पहले दीवान विच सरवण किया कि गुरु अर्जन देव सच्चे पातशाह जी ने क्योंकि आप अगाध बोध रब्बी बाणी तुरकी बाणी आई तिन सगली चिंत मिटाई दे आदि श्री गुरु ग्रंथ साहब जी के पहले प्रकाश नूं समर्पित गुरमत समागम गुरु की मत का समागम बना रहे हो सलाना जोड़ मेला बहुत वड्डा है जिदे विच तुसी जुड़े हो। मैं थोड़ी जी गल कर देवां जोड़ मेला की हुंदा है जी, आप तुसी वेखदे हो मेले संसार के बड़े लगते हैं खालसा जी तुहाडा ख्याल बड़ा जुड़िया होया है, मैं छेती छेती गल करी चला मेले बड़े लगते ने, मेले तो एडे वे लगे हुए हैं कि संसार का एडा वा मेला लग्या हो जिद भीड़ के असी सारे विचर रहे सारे चल रहे हैं। इस भीड़ विचों जोड़ मेला मना बड़े सूरमिया की गल है, बड़े प्यारे मेहनतकार लोगों की गल है जिद आप जी आ मेहनत कर रहे हो प्यार है लगन है सूरमिया वाली गल है जोड़ मेला।
मेला बड़ा है, एक हिंदू धर्म के मुताबिक भी मेला लगता है 12 साल बाद कुंभ का मेला। मैनू कहिंदे आ कोई संग नहीं क्योंकि चलता है 12 साल। वो श्रद्धा रखते ने, प्यार रखते ने, तीर्थ यात्रा करते, कुंभ के मेले में 12 साल बाद हाजरी भरते, वड्डा मेला लगता। मेला इन्नी भीड़ के जेड़ा श्रद्धा नाल घरों कोई भेटा ले आया ना तो भेटा चढ़ा सकिया उस तीर्थ ते जाके मंदिर विच जाके, ना अरदास करा सकिया क्योंकि भीड़ ही एड्डी हो गई, मेला ही एड्डा हो गया। उहदे विच की होया जी, वह कुछ दिन खप के पैंडा मार के गया है, मिट्टी कट्टा धूम धड़ाका शोर शराबा ढोल ढमाका मुक्की तका खा के आर के घर नूं आ गया। आस टुट गई ते 12 साल का पीरियड फिर पै गया भी कदों 12 साल होण ते फिर जाऊ। एक अर्ध कुंभ 6 साल बाद, एक 12 साल बाद, एक 6 साल बाद, एक साल साल बाद। पर जोड़ मेला, जोड़ मेले का भाव है संगतां का जुड़ना, रूहां का मेल। गज के आखो सतनाम, संगतां का जुड़ना, रूहां का मेल, जोड़ मेला। यह जोड़ मेला रोज ही लगता है। तुसीं आखोगे रोज किवें लगता जी? रोज ही लगता खालसा जी। जिहड़े तुहाडे वर्गे भागां वाले ने वो रोज ही गुरु घर विच आउंदे ने, रोज ही संगत विच बैठदे ने, ते रोज ही जोड़ मेला लगता क्योंकि शब्द गुरु सुरत धुन चेला जोड़ मेला जुड़ गए। उस जोड़ मेले का बहुत वड्डा महत्व है। गुरु की संगत विच नंगे पैरी आना, श्रद्धा रख के सेवा करनी। मैं देखिया कल दे माइया बीबिया सेवा करदे सारी रात नहीं मुंडे नौजवान सुते, बड़ा मन खुश होया। जेड़े के अज दे लंगर की तैयारी करने वास्ते माइया बीबिया ने रात आटे गुन्ने सब्जियां चीरियां कट्टियां आदि सारे बच्चों ने सेवा की, बिलकुल एन अप रेडी होके और लंगर चल रहे, 36 प्रकार के भोजन बन रहे। ये उन्होंने प्यार की श्रद्धा है। इहदे विचों जोड़ मेला उपजदा है कि सेवक को सेवा बने आई, हुक्म बूझ परम पद पाई। इसे सेवा नूं बाबा बुढ़ा साहब जी ने कमाया ते गुरु अर्जन देव सच्चे पातशाह जी ने उन्होंने सीस ते रख के आदि ग्रंथ, कल आप इतों तक पहुंचे सी भी हरी मंदिर के अंदर पादरो शुद्धि एकम सन 1604 ईस्वी 1 सितंबर प्रकाश होया गुरबाणी का, ते जिथे बाबा बुढ़ा साहब जी की याद में जुड़े हो। मैनू अज भी कुछ पता लगा, मेरे सत्कारयोग पंथ प्यार सरजार सरदार अजीत पाल सिंह जी इस उत्तराखंड के यूपी के गुरु घर के गुरसिख के बड़े माण वाले सज्जन दर्शन दीदारे दिते ने, उन्हें भी जानकारी दी है। बाबा बलविंदर सिंह जी उन्हें भी दस्या, प्रधान जी उन्हें भी दस्या भी इत्थे श्रद्धा प्यार दे नाल जिहड़ी भीड़ साहब के तुसीं दर्शन करते हो थले, वह अफगानिस्तान पाकिस्तान तो आई है। तो श्रद्धा प्यार वाले गुरसिख जिहड़े पहला इत्थे आके वसे, उन्हां गुरसिखां ने लियांदी बड़ी मेहनत दे नाल, क्योंकि उन्होंने एक गुरमुख परिवार ऐसा जिस माई नूं सुपना भी आया गुरु के प्यार की गल हो के तुहाडा गुरु इस थां है। हो सकता है किसी जल विच सी जां किते उन्हां दा सरूप गुप्त सी, उह सुपने दे न्याई अरदास करके उत्थों लिया करके इत्थे पहुँच के उहदा प्रकाश होया। तो मैनूं इस गल की खुशी हुंदी है जदों गुरसिखां विच प्यार वेखीदा है। एक तो खरा सौदा पाकिस्तान है ना, सच्चा सौदा जिथे गुरु नानक साहब जी की हुणे हुणे साखी कीर्तन दे राही चल रही सी, श्री ननकाणा साहब ते सच्चा सौदा खरा सौदा। एक इत्थे हरियाणे विच सच्चा सौदा गुरुद्वारा बनाया उन्हां गुरसिखां ने, वह पाकिस्तानों आए। इहदा मतलब इत्थे किवें बन गया? उत्थों 5 इट्टां लियाए श्रद्धा नाल। यह श्रद्धा, यह प्यार, यह भावना, यह विश्वास कि साढ़े सतगुरु जी की चरण छोह प्राप्त होई, ये धूड़ मिट्टी साढ़े वास्ते सिरताज है। जिन्हें प्यार उतों इट्टा लिया के उत्थे आके हरियाणे दे विच उस सच्चा सौदा नाम का गुरद्वारा बनाया, तो उस ही भावना दे नाल उहदी प्रेम भावना नाल सेवा हो रही, तो भेटा चढ़ रही है, तो मत्था टेक रहे। ये भी इसे तरह होया है। इनू कहते श्रद्धा भावना। जे किते सिख धर्म के विचों खालसा जी श्रद्धा कढ दीए,
ਕੱਲੀ ਆਪਾਂ ਕੱਟੜਤਾਈ ਦੀ ਗੱਲ ਕਰੀਏ ਜਾਂ ਕਿਸੇ ਇੱਕ ਪੱਖ ਦੀ ਗੱਲ ਲੈ ਕੇ ਚੱਲੀਏ ਤੇ ਸੱਚ ਜਾਣੋ ਇਤਿਹਾਸ ਜਿਹੜਾ ਉਹ ਫਿੱਕਾ ਹੋ ਜਾਏਗਾ। ਗੁਰਬਾਣੀ ਤੇ ਸ਼ਰਧਾ ਦੋ ਗੱਲਾਂ ਜ਼ਰੂਰੀ ਨੇ। ਗੁਰਬਾਣੀ ਮੋਹਰ ਲਾਉਂਦੀ ਹੋਵੇ ਤੇ ਸ਼ਰਧਾ ਸਾਡੇ ਅੰਦਰ ਹੋਵੇ ਉਹਨੂੰ ਕਹਿੰਦੇ ਇਤਿਹਾਸ। ਆਓ ਮੈਂ ਛੇੜਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ ਕਾਕਾ ਮੇਜਰ ਸਿੰਘ ਅਦਬ ਸਤਿਕਾਰ ਦੇ ਨਾਲ ਨਗਰਬਾਦੀ ਤੋਂ ਪਹੁੰਚੇ ਸਾਹਿਬ ਸੱਜਣਾ ਗੁਰੂ ਘਰ ਦੇ ਸੇਵਾਦਾਰ ਬੱਚੇ ਇਹ ਰੀਠਾ ਸਾਹਿਬ ਵੀ ਗਏ ਸਨ। ਬੜਾ ਪਿਆਰ ਕੀਤਾ ਜੀ ਮੇਰੇ ਜੱਥੇ ਨਾਲ। ਇਹ ਮੇਰੇ ਬੇਟੇ ਬਲਵੀਰ ਸਿੰਘ ਪਾਰਸ ਦੇ ਭਾਈ ਬਣੇ ਨੇ। ਪਿੰਡ ਜਾ ਕੇ ਇਹਨਾਂ ਨੇ ਅੰਮ੍ਰਿਤਸਰ ਦੀ ਧਰਤੀ ਅੰਦਰ ਆਪਣੇ ਪਾਰਸ ਨੂੰ ਨਵਾਜਿਆ ਹੈ। ਤੁਹਾਡਾ ਪਿਆਰ ਦਿੱਤਾ ਇਹਨਾਂ ਨੇ, ਪੁਰਸਕਾਰ ਦੇ ਕੇ ਵੱਡਾ ਸਨਮਾਨ ਦੇ ਕੇ ਆਏ ਹੈ। ਉਹਨਾਂ ਵੱਲੋਂ ਬੱਚਿਆਂ ਵੱਲੋਂ ਸਮੁੱਚੇ ਤੌਰ 'ਤੇ ਸਾਰੀ ਸੰਗਤ ਦੇ ਸਰਬੱਤ ਦੇ ਭਲੇ ਦੀ ਅਰਦਾਸ ਬੇਅੰਤ ਮਾਇਆ ਹਾਜ਼ਰ ਹੋਈ ਹੈ। ਬੇਟੀ ਸੁਖਮਨ ਉਹਨਾਂ ਦੇ ਪਿਤਾ ਜੀ ਭਾਈ ਮਹਿਤਾਬ ਸਿੰਘ ਜੀ ਉਹਨਾਂ ਵੱਲੋਂ ਮਾਇਆ ਹਾਜ਼ਰ ਪਾਤ ਸੱਚਣ ਦੀ ਕਲਾ ਬਖਸ਼ਣ ਸਤਿਗੁਰੂ ਦੇ ਵਜ਼ੀਰਾਂ ਵੱਲੋਂ ਸਭਨਾਂ ਵੱਲੋਂ ਮਾਇਆ ਹਾਜ਼ਰ ਹੈ। ਮੈਂ ਇਸ ਪਾਸੇ ਥੋੜ੍ਹਾ ਸੰਕੋਚ ਰੱਖਾਂਗਾ, ਅਰਦਾਸ ਜ਼ਰੂਰ ਕਰਾਂਗੇ। ਇਤਿਹਾਸ ਦੀ ਗੱਲ ਕਰ ਰਹੀ ਹੈ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਆਪ ਯਾਦ ਕਰ ਚੁੱਕੇ ਹੋ। 30 ਮਈ 1606 ਦਾ ਨਕਸ਼ਾ ਆਪਣੇ ਦਿਲ ਵਿੱਚ ਵਸਾ ਲਓ। 30 ਮਈ 1606 ਜਿਨ੍ਹਾਂ ਚਾਰ ਭਗਤਾਂ ਦੀ ਗੱਲ ਕੱਲ ਕੀਤੀ ਸੀ ਤੇ ਪੰਜਵਾਂ ਰਲਿਆ ਉਹਨਾਂ ਦੇ ਨਾਲ, ਪਿਰਥੀ ਚੰਦ ਦਾ ਪੁੱਤਰ ਮਿਹਰਬਾਨ। ਇਹ ਪੰਜੇ ਭਗਤ ਖਵਾਉਣ ਵਾਲੇ ਕੱਚੀ ਬਾਣੀ ਲੈ ਕੇ ਆਏ ਤੇ ਸਤਿਗੁਰਾਂ ਨਾਂ ਲਿਖੀ। ਜਦੋਂ ਨਾਂ ਪ੍ਰਵਾਨ ਕੀਤੀ ਇਹ ਭਗਤ ਬਣ ਕੇ ਆਏ, ਪਰ ਇਹਨਾਂ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਚੁੱਕਣਾ ਦੇ ਦਿੱਤੀ, ਹੁਣ ਭਗਤ ਨਹੀਂ ਰਹੇ, ਪਾਪੀ ਹੋ ਗਏ। ਇਹਨਾਂ ਸਤਿਗੁਰਾਂ ਨੂੰ ਅਮਨ ਖਰਾਬ ਬਾਗੀ ਲਿਖ ਕੇ ਰਿਪੋਰਟ ਦਿੱਤੀ। ਅਮਨ ਖਰਾਬ ਬਾਗੀ, ਇਹ ਬਾਦਸ਼ਾਹ ਜਹਾਂਗੀਰ ਤੇਰੇ ਰਾਜ ਵਿੱਚ ਅਮਨ ਖਰਾਬ, ਅਮਨ ਨੂੰ ਖਰਾਬ ਕਰ ਰਹੇ ਨੇ। ਗੁਰੂ ਅਰਜਨ ਦੇਵ ਜੀ ਦਾ ਪ੍ਰਚਾਰ ਜਿਹੜਾ ਉਹ ਸਿੱਖਾਂ ਵਾਸਤੇ ਤੇ ਹੈ ਹੀ ਹੈ, ਹਿੰਦੂਆਂ ਨੂੰ ਮੁਸਲਮਾਨਾਂ ਨੂੰ ਆਪਣੇ ਨਾਲ ਜੋੜ ਰਿਹਾ, ਇਹ ਖਤਰਾ ਹੈ। ਉਹਨਾਂ ਸਤਿਗੁਰਾਂ ਦੇ ਉੱਪਰ ਚੁਗਲੀ ਲਗਾ ਕੇ 7 ਬੰਦਿਆਂ ਨੇ ਸਤਿਗੁਰਾਂ ਨੂੰ ਸ਼ਹੀਦ ਕਰਵਾ ਦਿੱਤਾ। 5 ਇਹ ਤੇ 2 ਐਦੀ, 7 ਆਪਾਂ ਉਹ ਵੀ ਕੱਲ ਗਿਣੇ ਨੇ ਤੇ 5 ਇਹ ਵੱਖਰੇ। ਬਾਦਸ਼ਾਹ ਜਹਾਂਗੀਰ ਦੀ ਕੁਟਲ ਨੀਤੀ ਦਾ ਸ਼ਿਕਾਰ ਹੋਏ ਸਤਿਗੁਰੂ ਜੀ। ਜਿਉਂ ਜਲ ਮੈਂ ਜਲ ਆਏ ਖੁਟਾਨਾ, ਤਿਉਂ ਜੋਤੀ ਸਗ ਜੋਤ ਸਮਾਨਾ। ਧਰਮ ਨਿਭਾਉਂਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਗਏ। ਉਹਨਾਂ ਤੋਂ ਬਾਅਦ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਮਲਾਂ ਦੇ ਨਾਲ ਗੁਰਤਾ ਗੱਦੀ ਦਾ ਟਿੱਕਾ ਲਾਇਆ ਗਿਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ 11 ਸਾਲ ਦੀ ਉਮਰ ਹੈ। ਭਾਈ ਗੁਰਦਾਸ ਜੀ ਕੋਲ ਬੈਠੇ ਨੇ। ਜਦੋਂ ਸਤਿਗੁਰਾਂ ਆਖਿਆ ਬਾਬਾ ਜੀ ਤੁਸੀਂ ਟਿੱਕਾ ਲਾਉਣ ਲੱਗੇ ਗੁਰਤਾ ਗੱਦੀ ਦਾ, ਤੁਹਾਨੂੰ ਇਹ ਮਾਣ ਹੈ, ਗੁਰੂ ਨਾਨਕ ਦੇ ਘਰੋਂ ਤੁਸੀਂ ਵਰਦਾਨ ਪਾਇਆ ਹੈ, ਪਰ ਸਾਡੇ ਤੇ ਕਿਰਪਾ ਕਰੋ, ਅਸੀਂ ਇਹ ਟਿੱਕਾ ਲਗਾ ਕੇ ਸਿਰਲੀ ਟੋਪੀ ਨਹੀਂ ਪਹਿਨਣੀ, ਮਾਲਾ ਨਹੀਂ ਪਕੜਨੀ, ਹੁਣ ਭੋਰੇ 'ਚ ਨਹੀਂ ਬੈਠਣਾ। ਅਤੇ ਬਾਬਾ ਜੀ ਨਾਲ ਤਾਂ ਗੁਫ਼ਤਾਰ ਪਹਿਲਾਂ ਹੀ ਹੋਈ ਹੋਵੇਗੀ ਨਾ, ਇਹ ਗੱਲ ਸੱਚੀ ਹੈ। ਬਾਬਾ ਜੀ ਜਿਹੜੀ ਗੱਲ ਪਿਤਾ ਜੀ ਦੇ ਜਾਣ ਤੋਂ ਬਾਅਦ ਹੋਈ ਹੈ ਤੁਸੀਂ ਉਹ ਪੂਰੀ ਕਰੋ। ਅਤੇ ਬਾਬਾ ਜੀ ਉਸੇ ਵੇਲੇ ਉੱਠੇ, ਉਹਨਾਂ ਨੇ ਹੁਕਮ ਮੰਨਿਆ ਅਤੇ ਜਾ ਕੇ 2 ਸ਼ਾਸਤਰ ਲੈ ਆਉਂਦੇ, ਦਸਤਾਰ ਚੋਲਾ ਕਲਗੀ ਜਿਗਾ ਲਿਆ ਕੇ ਸਭ ਕੁਛ ਸਤਿਗੁਰਾਂ ਦੇ ਸੀਸ ਤੇ ਸਜਾਇਆ। ਆਖਿਆ ਸਿਰਲੀ ਟੋਪੀ ਨਹੀਂ ਦਸਤਾਰ ਪਹਿਨਣੀ ਹੈ, ਕਲਗੀ ਤੋੜਾ ਲਗਾਓ, ਸ਼ਸਤਰ ਪਹਿਨਾਓ, ਅਸਾਂ ਨੇ ਹੁਣ ਅਗਲੇ ਸਮੇਂ ਦੇ ਨਾਲ ਸਿਰਜਣਾ ਹੈ। ਪਿੱਛੇ ਭਗਤੀਆਂ ਦੀ ਗੱਲ ਚੱਲਦੀ ਰਹੀ, ਵਕਤ ਆ ਗਿਆ, ਸਰਕਾਰ ਨਹੀਂ ਮੰਨੇਗੀ, ਦੁਸ਼ਮਣ ਨਹੀਂ ਮੰਨਣਗੇ, ਵਿਰੋਧੀ ਨਹੀਂ ਹਟਣਗੇ, ਅਸੀਂ ਗੁਰੂ ਘਰ ਦੇ ਦੋਖੀਆਂ ਤੋਂ ਬਦਲਾ ਲੈਣਾ ਹੈ। ਬਾਬਾ ਜੀ ਤੁਸੀਂ ਸ਼ਸਤਰ ਪਹਿਨਾਓ, ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਮੇਰੇ ਸੱਚੇ ਪਾਤਸ਼ਾਹ ਨੇ, ਦਸਤਾਰ ਪਹਿਨੀ, ਕਲਗੀ ਲਗਾਈ ਹੈ, ਸ਼ਿਸ਼ੋਭਤ ਹੋਏ। ਜਦੋਂ ਐਨ ਫੱਬ ਕੇ ਗੁਰਤਾ ਗੱਦੀ 'ਤੇ ਬੈਠੇ ਅਤੇ ਭਾਈ ਗੁਰਦਾਸ ਜੀ ਉਮਾਹ ਵਿੱਚ ਆ ਕੇ ਕਹਿੰਦੇ ਨੇ, ਜਿਹੜਾ ਹੁਣੇ ਹੁਣੇ ਕਾਕੇ ਨੇ ਲਫਾਜ ਬੋਲੇ ਭਾਈ ਗੁਰਦਾਸ ਜੀ ਦੇ ਕਿ 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਅਜੇ 11 ਸਾਲ ਦੀ ਉਮਰ ਹੈ, ਏਡਾ ਵੱਡਾ ਜੋਧਾ ਬਾਰੋ ਪਾਰੇ ਉਪਕਾਰੀ, 19 ਸੋਹਣੇ ਹੋਏ ਖਾਲਸਾ ਜੀ ਸੰਸਾਰ ਵਿੱਚ, 19 ਸੋਹਣੇ ਜਿਹਨਾਂ ਵਿੱਚ 12 ਆਸ਼ਕ ਵੀ ਆਉਂਦੇ ਆ, 19 ਸੋਹਣਿਆਂ ਨਾਲੋਂ 20 ਸੋਹਣੇ। ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜਿਵੇਂ ਸੁਭਾਏਮਾਨ ਹੋਏ, ਜਿੱਥੇ ਅੱਜ ਅਕਾਲ ਬੁੰਗਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਹੈ, ਉੱਥੇ ਇੱਕ ਖਾਬ ਗਾਹ ਤਿਆਰ ਕੀਤੀ ਗਈ, ਜਾਣੀ ਭੋਰਾ ਬੇਸਮੈਂਟ ਤਿਆਰ ਕੀਤਾ ਗਿਆ। ਪਹਿਲਾ ਕਮਰਾ ਪਾ ਕੇ ਛੱਤ
सतगुरु जी दे उपर खबे उत्तर दक्षिण पूर्व पश्चिम तो चल के सिख आए जिथे जिथे गुरु नानक नाम लिवा गुरसिख वसदे ने सतगुरां दे दर्शन कर रहे ने मत्था टेक रहे हजूर बैठे ने दर्शन किवें हो रहे ने ते मेरे दाता जी की कृपा कर रहे ने ढाडी जथा हे कहंदे सिखानू क्या लाठी लंबो खाड़े दे
ਸਦਕ ਸਿੱਖਾਂ ਨੂੰ ਕਿਆ ਢਾਡੀ ਲੱਭੋ ਖਾੜੇ ਦੇ ਅੱਜ ਨੱਥ ਮੱਲ ਦੇ ਅਬਦੁਲ ਜਸ ਸੁਣਾਇਆ ਅੱਜ ਨੱਥ ਮੱਲ ਦੇ ਅਬਦੁਲ ਜਸ ਸੁਣਾਇਆ ਗੱਜ ਜਥਾਏ ਗੱਜ ਜਥਾਏ ਤੇ ਵਡਿਆਇਆ बड़े प्रेम शरदा दे नाल माया रख के अंतिशकरण विचों अरदास करनी है ना के देखा देखी मैं कल भी देखिया सी ते कदे गुस्सा ना करियो बीबीओ भैणा आ हुण भी देखिया गया एक भैन ने माया रख के तां नूं हथ करके मत्था टेक दिता ते दूजी ने भी उसे तरह टेक दिता असी देखा देखी कई बार लकीर दे फकीर बन जाने हैं शब्द दे फकीर नहीं बनते एक गल नहीं कि उन्हां दा अरदासा जां उन्हां दी प्रेम भेटा प्रवान नहीं प्रवान है पर विधि जरूरी है नंगे पैरी चल के आने का भाव है कि जे कि असी माड़े कर्म किसी वेले कमा चुके ते दाता तेरी संगत विच नंगे पैरी चल के आए साडे माड़े भाग जिहड़े उन्हों शुद्ध कर ते सीधे हथ रख के गुरु के चरणों में सीधे मत्थे नूं रख के मत्था टेकना है प्रेम भावना में आके मत्था टेकना है ते ए विधि है मेरे सतगुरु के चरणों में आई संगत सत्कारयोग गुरु घर के अनर सेवक भाई साहब भाई दर्शन सिंह सतारगंज वाले बड़ा प्यार सरबत के भले की अरदास भेजते हैं तो अपने ढाडी जत्था बलबीर सिंह पारस के जथे की चढ़ती कला यूं मैं समझ लवा भी जे उन्होंने वो ढाडी जत्थे की चढ़ती कला की अरदास की है तो भाई मैं वह माड़ा जहा एक प्यो हाँ तो फिर मेरी भी चढ़ती कला है कि गुरु कृपा करे तुसी सरदार अजीत पाल सिंह जी होना वालों मेरे जथे की चढ़ती कला भाई साहब जी होना वालों बच्चे दे चढ़ती कला ये गुरु पातशाह जी की बख्शिश होती है तो दिली प्यार होंगे मुहब्बत होंगी सच्ची गल है जिवें दादी दादे नू पुत्रां नालों पोतरे प्यारे होंगे ने तिवें संगतां नू बुढ़िया नालों नौजवान प्यारे होंगे ने ते भाई इन्हां दा पारस ते अपना ही है सतगुरु चढ़दी कला बख्शे सारे की अरदास प्रवान होवे मत्था टेकदे ने ते ऐन गुरु साहब जी के पावन चरणां च इक करिश्मा होया आओ तकीए अमृतसर की पावन धरती है सतगुरु सुभायमान ने मत्था टेक रहा है मेरे सतगुरु सच्चे पातशाह जी प्रेम विच बोले एक दिन मौत बोले बैठे छेवें पातशाह कहिंदे जावे कीर्तन दे नाल वीर रस भी गाया सिख संगत सुन रही सर हाथ जुड़ गए कि सच्चे पातशाह जी हुक्म कर लगे पहला ही हुक्म है ते केड़ा हुक्म करते ने आख्या गुरसिखो भाई संगत जी कीर्तन ते हो रहा करते दी कीर्ति अंदर कीर्तन हो रहा मैं इत्थे दस जावां एक विद्वान बड़ा सोहना लिखता है दास ने पढ़िया
ਉਹ ਕਹਿੰਦਾ ਵੀ ਕਰਤੇ ਦੀ ਕੀਰਤੀ ਹਰ ਵੇਲੇ ਹੋ ਰਹੀ ਹੈ ਤੇ ਵੇਖਣਾ ਪਏਗਾ ਵੀ ਹੋ ਰਹੀ ਹੈ ਸੱਚਮੁੱਚ ਹੋ ਰਹੀ ਹੈ ਕਰਤੇ ਦੀ ਕੀਰਤੀ ਹੈ ਭਾਗਾਂ ਵਾਲਿਓ ਧਰ ਤੇ ਆਕਾਸ਼ ਪੌਣ ਪਾਣੀ ਚੰਦ ਸੂਰਜ ਦੁਨੀਆਂ ਦਾ ਵਿਕਾਸ ਤੇ ਸੱਚਮੁੱਚ ਦਿਨੇ ਰਾਤ ਕੀਰਤੀ ਹੋ ਰਹੀ ਹੈ ਕਿਉਂਕਿ ਇੱਥੇ ਜੇ ਭਾਰਤ ਵਿੱਚ ਅੱਜ ਦਿਨ ਚੜ੍ਹਿਆ ਤੇ ਕੈਨੇਡਾ ਵਿੱਚ ਰਾਤ ਪਈ ਹੋਈ ਹੈ ਕਿਸੇ ਮੁਰਖ ਵਿੱਚ ਰਾਤ ਹੈ ਤੇ ਕਿਤੇ ਦਿਨ ਹੈ ਕਿਤੇ ਅੰਮ੍ਰਿਤ ਵੇਲਾ ਹੈ ਕਿਤੇ ਸ਼ਾਮ ਵੇਲਾ ਹੈ ਇਹਦਾ ਮਤਲਬ ਕਿਤੇ ਰਹਿ ਰਾਸ ਜੀ ਹੋ ਰਹੀ ਹੈ ਤੇ ਕਿਤੇ ਆਸਾ ਜੀ ਦੀ ਵਾਰ ਗਾਈ ਜਾ ਰਹੀ ਹੈ ਇਹ ਕੀਰਤੀ ਚੱਲ ਰਹੀ ਹੈ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਇਸ ਕੀਰਤੀ ਦੇ ਅੰਦਰ ਸਾਨੂੰ ਵੀਰ ਰਸ ਦੀ ਲੋੜ ਹੈ ਢਾਡੀ ਲੱਭ ਕੇ ਲਿਆਓ ਜਦੋਂ ਢਾਡੀ ਗੱਲ ਆਖੀ ਗੁਰੂ ਘਰ ਦੇ ਅਨੰਦ ਸੇਵਕ ਜਿਹੜੇ ਬੈਠੇ ਸਨ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਲੰਗਾਹ ਜੀ ਭਾਈ ਬਿਧੀ ਚੰਦ ਜੀ ਭਾਈ ਪੈੜਾ ਜੀ ਭਾਈ ਮੋਖਾ ਜੀ ਭਾਈ ਸਾਲੋ ਜੀ ਭਾਈ ਬਹਿਲੋ ਜੀ ਭਾਈ ਭਗਤਾ ਜੀ ਭਾਈ ਨਗੀਨਾ ਜੀ ਆਦਿ ਗੁਰਸਿੱਖ ਬੈਠੇ ਸੀ ਜਿਹੜੇ 94 ਸਨ ਉਹਨਾਂ ਵਿੱਚੋਂ ਭਾਈ ਬਿਧੀ ਚੰਦ ਜੀ ਉੱਠ ਕੇ ਹੱਥ ਜੋੜ ਕੇ ਖਲੋ ਗਏ ਦਤਾਰ ਜੀ ਤੁਹਾਡਾ ਹੁਕਮ ਹੋਇਆ ਢਾਡੀ ਮੇਰੇ ਪਿੰਡ ਬਹੁਤ ਵਧੀਆ ਨੇ ਦੋ ਸਕੇ ਭਰਾ ਬੜਾ ਵਧੀਆ ਗਾਉਂਦੇ ਨੇ ਸੱਦ ਲਿਆਈਏ ਜੀ ਜਾਓ ਲਿਓ ਜਦੋਂ ਤੁਰਨ ਲੱਗੇ ਭਾਈ ਲੰਗਾਹ ਜੀ ਤੇ ਭਾਈ ਬਿਧੀ ਚੰਦ ਜੀ ਸਤਿਗੁਰੂ ਬੜੇ ਖੁਸ਼ੀ ਦੇ ਵਿੱਚ ਮਾਜ ਵਿੱਚ ਆ ਗਏ ਕਹਿੰਦੇ ਸਿੱਖੋ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਹਾਥੀ ਘੋੜੇ ਆਦਿ ਪ੍ਰੇਮ ਭੇਟਾਂ ਆਈਆਂ ਨੇ ਇੱਕ ਹਾਥੀ ਲੈ ਜਾਓ ਢਾਡੀਆਂ ਨੂੰ ਸੁਰ ਸਿੰਘ ਤੋਂ ਚੜ੍ਹਾ ਕੇ ਹਾਥੀ ਤੇ ਦਰਬਾਰ ਵਿੱਚ ਲੈ ਕੇ ਆਓ ਵੇਖੋ ਕਿੱਡੇ ਵੱਡੇ ਭਾਗ ਨੇ ਸਾਡੇ ਕਦੇ ਸਾਡੇ ਬਜ਼ੁਰਗ ਪਹਿਲੇ ਢਾਡੀ ਜਿਹੜੇ ਸੀ ਉਹ ਦੁਨੀਆਂ ਵਿੱਚ ਲੋਕ ਰੰਗ ਗਾਉਂਦੇ ਸੀ ਲੋਕ ਰੰਗ ਖਾੜਿਆਂ ਵਿੱਚ ਮੇਲਿਆਂ 'ਚ ਲੋਕ ਰੰਗ ਤੇ ਲੋਕ ਰੰਗ ਤੋਂ ਬਾਅਦ ਹੋਇਆ ਢਾਡੀ ਦਰਬਾਰ ਦਰਬਾਰਾਂ ਵਿੱਚ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਗਾਉਣ ਲੱਗ ਪਏ ਜਿਹੜਾ ਹਾਰ ਜਾਣਾ ਉਹਦੀ ਵੀਰਤਾ ਜਗਾਉਣੀ ਤੇ ਜਿਹੜਾ ਜਿੱਤ ਜਾਣਾ ਉਹਦੇ ਤੋਂ ਇਨਾਮ ਲੈਣਾ ਇਹ ਢਾਡੀਆਂ ਵਿੱਚ ਕਲਾ ਸੀ ਅੱਜ ਗੁਰੂ ਪਾਤਸ਼ਾਹ ਜੀ 30 ਮਈ 1606 ਤੋਂ ਬਾਅਦ ਇਹੋ ਇਤਿਹਾਸ ਵਿੱਚ ਦਾ ਪੰਨਾ ਖੁੱਲਦਾ ਕਿ 1609 ਤੱਕ ਸੰਪੂਰਨ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਉਦੋਂ ਢਾਡੀਆਂ ਦੇ ਜਨਮ ਹੋਇਆ ਗੁਰੂ ਨਾਨਕ ਦੇ ਘਰ ਤੇ ਮੇਰੇ ਸਤਿਗੁਰਾਂ ਬੁਲਾਇਆ ਤੇ ਨੱਥਾ ਤੇ ਅਬਦੁੱਲਾ ਦੋ ਸਕੇ ਭਰਾ ਸੁਰ ਸਿੰਘ ਤੋਂ ਹਾਥੀ ਤੇ ਚੜ੍ਹ ਕੇ ਆਏ ਲੋਕਾਂ ਨੇ ਮੱਥਾ ਟੇਕਿਆ ਤੇ ਮਾਇਆ ਰੱਖੀ ਕੁਝ ਮੰਗਿਆ ਜਿਵੇਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਤੰਦਰੁਸਤੀ ਕੋਈ ਜਾਇਦਾਦ ਕੋਈ ਮੁਕਦਮੇ ਤੋਂ ਬਚਦਾ ਕੋਈ ਪਰਿਵਾਰ ਵਿੱਚ ਪਿਆਰ ਉਤਪਾਦ ਚਾਹੁੰਦਾ ਕੋਈ ਫੋਰਨ ਕੰਟਰੀ ਦੀ ਅਰਦਾਸ ਕਰਦਾ ਕੋਈ ਨਾਮ ਧਨ ਮੰਗਦਾ ਕੋਈ ਸੰਗਤ ਦੀ ਰੰਗਤ ਮੰਗਦਾ ਮੰਗਦੇ ਬੜਾ ਕੁਛ ਦਾਤਾ ਦਿੰਦਾ ਜੋ ਮੰਗੋ ਬੱਤੀਆਂ ਦੰਦਾਂ ਵਿੱਚੋਂ ਸੋ ਮਿਲਦਾ ਕਿਉਂਕਿ ਜੋ ਮੰਗ ਹੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਆਓ ਮੇਰੇ ਦਾਦੇ ਸੱਚੇ ਪਾਤਸ਼ਾਹ ਜੀ ਦਿੰਦੇ ਨੇ ਪਰ ਬਸ ਸ਼ਰਤ ਹੈ ਕਿ ਸਾਨੂੰ ਗੁਰੂ ਦੇ ਹੋ ਕੇ ਤੁਰਨਾ ਤੇ ਅਰਦਾਸ ਕਰਨੀ ਪਏਗੀ ਹੁਣ ਢਾਡੀਆਂ ਨੇ ਅਰਦਾਸ ਕੀਤੀ ਮਹਾਰਾਜ ਸਾਨੂੰ ਕਾਵਿ ਸ਼ੈਲੀ ਕਵਿਤਾ ਦਿਓ ਤੇ ਮੇਰੇ ਦਾਦੇ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਅੰਦਰ ਕਵਿਤਾ ਆ ਗਈ ਅਸੀਂ ਤੇ ਲਿਖ ਕੇ ਪੜ੍ਹਦੇ ਹਾਂ ਨਾ ਜਾਂ ਕਿਸੇ ਵੇਲੇ ਯਾਦ ਕਰਕੇ ਆਉਂਦੇ ਹਾਂ ਉਹਨਾਂ ਨੂੰ ਉਸੇ ਵੇਲੇ ਤਤਕਾਲ ਮੇਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਕਿਰਪਾ ਬਖਸ਼ਿਸ਼ ਹੋ ਗਈ ਜਦੋਂ ਢਾਡੀਆਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਕਵਿਤਾ ਬਖਸ਼ੋ ਤੇ ਦਾਤੇ ਨੇ ਕਵਿਤਾ ਕਿਹੜੀ ਦਿੱਤੀ ਜੀ ਉਹਨਾਂ ਤੱਕਿਆ ਮੇਰੇ ਸਤਿਗੁਰਾਂ ਦੇ ਚਰਨਾਂ ਤੋਂ ਲੈ ਕੇ ਸੀਸ ਤੱਕ ਇਹਨੂੰ ਕਹਿੰਦੇ ਡੀਠ ਵਰਨ ਜੋ ਡਿੱਠਾ ਉਹਦਾ ਵਰਣਨ ਕਰਨਾ ਡੀਠ ਵਰਨ ਕਵਿਤਾ ਬੋਲੀ ਦੋਨਾਂ ਭਰਾਵਾਂ ਨੇ ਇੱਕ ਨੇ ਸਰੰਗੀ ਤੇ ਗਜ ਲਾਇਆ ਦੂਜੇ ਨੇ ਢੱਡ ਤੇ ਠਾਪ ਲਾਈ ਇੱਕ ਮਾਨੇ ਕਿਤੇ ਧੋ ਕੇ ਗੁਰੂ ਦੇ ਚਰਨਾਂ ਵਿੱਚ ਉਹਨਾਂ ਨੇ ਪਹਿਲੀ ਵਾਰ ਗਾਵਿਆ ਸਤਿਗੁਰੂ ਜੀ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਸਤਿਗੁਰਾਂ ਨੇਤਰ ਪੁੱਟੇ ਵੀ ਤੀਜੀ ਕਿਹੜੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਅੱਗੇ ਸੀ ਝੁਕਾ ਕੇ ਢਾਡੀਆਂ ਆਖਿਆ ਦੱਸਾਂਗੇ ਮਹਾਰਾਜ ਹਿੰਮਤ ਬਾਹਾਂ ਕੋਟਗੜ੍ਹ ਤੁਹਾਡੀਆਂ ਬਾਹਾਂ ਵਿੱਚ ਬੜੀ ਵੱਡੀ ਹਿੰਮਤ ਹੈ ਦਾਤਾ ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਫਕੀਰ ਦੀ ਦਤਾਰ ਜੀ ਨਾਲ ਸਿਪਾਹੀ ਨੀਲ ਨਾਲ ਜਿਹੜੇ ਸਿੱਖ ਬੈਠੇ ਨੇ ਨਾਲ ਸਿਪਾਹੀ ਨੀਲ ਨਾਲ ਮਰ ਦੁਸ਼ਟਾਂ ਕਰਨ ਤਗੀਰ ਦੀ ਪੱਗ ਤੇਰੀ ਦਤਾਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ ਬਾਦਸ਼ਾਹ ਦੀ ਪੱਗ ਤੁਹਾਡੇ ਬਰਾਬਰ ਨਹੀਂ ਜਦੋਂ ਆਹ ਗੱਲ ਕਹੀ ਤੇ ਜਿਹੜੀ ਗੱਲ ਸਤਿਗੁਰੂ ਕਹਿਣੀ ਚਾਹੁੰਦੇ ਸਨ ਉਹ ਢਾਡੀਆਂ ਨੇ ਕਹਿ ਦਿੱਤੀ ਮੇਰੇ ਸੱਚੇ ਪਾਤਸ਼ਾਹ ਖੁਸ਼ ਹੋ ਗਏ ਵੀ ਵਾਹ ਅਸੀਂ ਇਹੋ ਐਲਾਨ ਕਰਨਾ ਚਾਹੁੰਦੇ ਸਾਂ ਵੀ ਗੁਰੂ ਘਰ ਦੇ ਦੋਖੀ ਨਹੀਂ ਛੱਡਣੇ ਤੁਸੀਂ ਬਾਦਸ਼ਾਹ ਨੂੰ ਚੈਲੰਜ ਕਰ ਦਿੱਤਾ ਸਤ ਕਰਤਾਰ ਸਤ ਕਰਤਾਰ ਦੇ ਜਕਾਰੇ ਬੁਲਾਏ ਭਰ ਕੇ ਢਾਲਾ ਮੋਹਰਾਂ ਦਾ ਸਤਿਗੁਰਾਂ ਨੇ ਢਾਡੀਆਂ ਦੀ ਝੋਲੀ ਵਿੱਚ ਪਾ ਦਿੱਤਾ ਤੇ ਨਾਲ ਹੀ ਆਖਿਆ ਥੰਮ ਜਾਓ ਢਾਡੀਓ ਜੋ ਕੁਝ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਧਿਆਨ ਨਾਲ ਸਾਰੇ ਸੁਣੋ ਸਾਨੂੰ ਕੀ ਚਾਹੀਦਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਕੀ ਕਿਰਪਾ ਕੀਤੀ ਜੀ ਆਪਣੇ ਮੁੱਖ ਤੋਂ ਮੰਗਿਆ ਕਿ ਸਾਨੂੰ ਆਗਿਆਕਾਰੀ ਇੱਕ ਸਪੁੱਤਰ ਚਾਹੀਦਾ ਉੱਠੋ ਕੋਈ ਸੂਰਮਾ ਸਿੱਖ ਫੌਜ ਤਿਆਰ ਕਰਨੀ ਹੈ ਸਾਨੂੰ ਕੋਈ ਪੁੱਤਰ
चढ़ावे रूप में साडा सिख सिपाही पेश करे, जिदे चार पुत्र सन उन्हें दो, जिदे दो सी उन्हें एक, जिदा एक सी उन्हें अपने आप नूं भी पेश कर दिता दाते दे चरणा च। सतगुरु आख्या जिथे नौजवानी सानू चाहीदी है, जिथे नौजवानी चाहीदी है, सूरमे चाहीदे ने उथे शस्त्र बस्त्र अस्त्र भाव घोड़े शस्त्र ते बस्त्र दशाले ये सब कुछ चाहिए। सब कुछ होया, एक करिश्मा यह होया भी एक विधवा औरत ने आके मत्था टेक दिता ते उंगली लाया एक पुत्र नूं, दतार दे चरणा विच मत्था टेकिया, जी सुनिया तुसी गरीब नवाज हो, इस बच्चे का पिता सिर ते है नहीं, मैं तुहाडे चरणा च लैके आई हां, इसनूं बेटा प्रवान कर लो। सच्चे पातशाह जी ने उस बच्चे नूं प्रवान कर लिया। इतिहास में इसका नाम आप सारे जानते हैं, ये फतेह खां पठान का पुत्र है, यदा नाम है पेंदे खां। यदि मां लैके आई मेरे सतगुरां ने पुत्र करके उन्हें स्वीकार किया, बड़ा वड्डा माण दिता, उहदी खुराक उहदा चंगा प्रबंध किया गया, सिखां दे विच चंगा मल हो गया, मल पहलवान, सिखां नाल कुश्ती करदा करदा अकाल तख्त के सामने मीरी पीरी के मालिक सच्चे पातशाह ना दस्त पंजा लैन लग पिया, कुश्ती करन लग पिया, जवान हो गया, खुराक बड़ी दिती। पहली लड़ाई पुतली घर दी होई है, मुगल खान ने छेड़ छेड़ी से पुतली घर दी लड़ाई जिहड़ी पहली, उहदे विच मुगल खान मारिया गया, कुलीज खान का भेजिया होया सूबेदार दा आया, दिल्ली का तख्त बदलिया होया सीगा, बादशाह जहांगीर तो बाद बादशाह शाहजहां उहदा पुत्र तख्त ते बैठा है, तख्त लिया पिया सी, उधर गवर्नर पंजाब सूबा लाहौर ने छेड़ छेड़ के गुरु घर ते धावा बोलिया, 7,500 फौज हार गई, इहनूं हंकार हो गया, गभरू बड़ा सी, क्योंकि सारा इतिहास तुसीं जाणदे, मैं अगले पासे मैनूं हुक्म होया त्रिलोचन सिंह होरां वल्लों कि मीरी पीरी दे मालक दे पेंदे खां दी चौथी जंग सुणा दिओ, मैं अगे चले जाणा। पहली जंग दे विच जदों जित्तिया ते इह करदा फिर सिखां दे नाल, पेंदे खां नूं हंकार हो गया, कहिंदा जे किते पठान मुंडा ना विच हुंदा तुसीं जित ही नहीं सी सकदे। सिखां ने हाथ जोड़ के आख्या ना भाई इदा ना कर, पेंदे तू साडा भरा है ते तू सूरमा है, पर गुरु घर विचों तैनू माण मिलिया ते गुरु की कृपा हुई है, जंग जीती गई है। कहिंदा नहीं नहीं मैं ना विच हुंदा, जंग ही नहीं सी जीती जंग। हंकार वध गया। गुरु घर का मिशन है, सच्चे पातशाह कहिंदे जो शरण आवै तिस कंठ लावै, ये बिरध स्वामी संदा जिहड़ा प्यार शरदा धरदा सी गल ना लाउने आ, मेरे पातशाह कहिंदे हरजू हंकार ना पावे, वेद कूप सुनावे रंचक मात्र हंकार नहीं पाउंदा, इहनूं छुट्टी दे दित्ती, इह घरे चला गया। इहदे विआह वी मेरे सतगुरां कीता, इहदे घर धी होई पुत्तर होया, इह रहिण लग पिया करतारपुर दे नेड़े, मीर पिंड है, मीर पिंड छोटा मीर, वड्डे मीर इहदे सहुरे ने, पिंड रहिंदा होया, मुड़ के सहुरे रहिण लग पिया। आओ कहानी छेड़ीए, दूजियां दो जंगां होईयां मेरे सतगुरां ने सद्या ही ना, भी इहनूं हंकार है रहिण दी, दूजी जंग भी जीती, तीजी जंग भी सतगुरां ने जीती जिहड़ी घोड़ियां तो होई। जदों दो जंगां ने जीतियां, जंग तीजी जीत के करतारपुर आए ने मेरे सतगुरु जी 1634 विच आए करतारपुर, इत्थे आके बैठे, एक सेठ आया, उसने आके प्रेम भेटा रखी मेरे सतगुरां के चरणों में, उसने एक चिट्टा बाज, एक घोड़ा, एक तलवार, एक पशाक, कुछ प्रेम भेटा रखी, तो मेरे सतगुरु सच्चे पातशाह जी ने उहदी भेटा प्रवान करके, वड्डे वड्डे जरनैल सिख बैठे सन उन्हां विचों वस्तु वंडण लगे, तो उत्थे पेंदे खां भी आया जिहड़ा संगत विच पिछे बैठा सी कच्चा हुंदा, तो सिखां नाल रोसा की कर रहा सी जी, सिखां नाल रोसा कर रहा सी, वेखो किड्डी माड़ी गल होई। ओ सिख सरदारो, जे तुसीं मगरलियां जिहड़ियां दो जंगां जित्तियां ने जे किते हार जांदे मैं किथे मूंह विखाउंदा, फिर रो पाई फिरदा भी तू नहीं आया तो जितिया नहीं, ये गल नहीं सोचे, रो फिर पाई फिरे, कहिंदा मैं कित्थे मूँह दिंदा जे तुसी हार जांदे। ते वो हस के सारे विधि चंद ते सारे सूरमियां ने आख्या भाई गुरु की कृपा हुई है, पहली जंग भी गुरु ने जीती सी जिहड़ी तू कहिंदा सी मैं जीती, ते दूजियां भी गुरु ने, कहिंदा ओ ठीक है पर जे हार जांदे ते मेरी बड़ी नमोशी सी। ते वो कहिंदे कोई गल नहीं, गुरु घर दे विच सारे इक्को जिहे बैठो, पर बैठा पिछे है इधर मेरे सतगुरु चिट्टा बाज अपने वड्डे साहिबजादे गुरदित्ता जी नूं दे दिता, पंज साहिबजादे मेरे दाते दे, बाबा गुरदित्ता जी, बाबा सूरजमल जी, बाबा अणी राय जी, बाबा अटल राय जी, ते तेग बहादुर साहब जी, एक बेटी है बीबी वीरो, पंज पुत्रां तों बाद एक बेटी। वड्डे साहिबजादे नूं बाज फड़ा दिता ते वेख्या जरनैलां नूं पिछे बैठा पेंदे खां झूर रहा है, हुण जिहड़ा दिलों अरदास करे सतगुरु जाणदे ने उह झूर रहा सी, पातशाह ने आवाज मारी पेंदे आ जा अगे,
आजा तू साडा वड्डा जरनैल है, आ लै घोड़ा, आ लै तलवार ते पोशाक पा के आया करी, तू साडा वड्डा जरनैल है। सी चुकाया पा के पोशाक तलवार ते तुर गया, घोड़े चढ़ के घर पहुंचा। एदा जवाई उस्मान खां जांदिया कहिंदा, अब्बा बुढ़े बारे आ चीजा कित्थों माठियां? वो कहिंदा, हौसला कर, कितने लुटियां माठियां नहीं, गुरु घरों मैनु सन्मान होया। वो कहिंदा, अच्छा ये फिर तुहानू बुढ़े बारे फबदियां नहीं, ये मैनू दे दिओ। इत्थों तक मजबूर कर दिता कि मैं तुहाडी लड़की छड़ देंगा जे मैनू नहीं देंदे। उहदी घरवाली ने आख्या, दे दिओ जी वस्तु गुरु कोलों, फिर माफ़ी मंग लांगे। रहा विचार, क्योंकि मैं टाइम के मुताबिक तुरै जा रहा छेती छेती। उन्हें यह तलवार पोशाक घोड़ा लैके शिकार से चढ़िया। उस्मान खान उहदा नाम है, पेंदे खान का जवाई। उधर बाबा गुरदत्ता जी शिकार खेडन चढ़े, इक्के शिकार के उत्ते दोने बाज छड़े। जो चिट्टा बाज ते उहदा उस्मान खान का बाज इक्के शिकार से पए, शिकारियां घोड़े भजा के जाके बाबे का भी बाज फड़ लिया, अपना भी फड़िया, घर चले गए। सिखां नूं पता लगा भी इधर बाज साडा आया सी, किसे दस्या भी उह उस्मान खान लै गए, घरे गए, यह मुकर गया। सतगुरां कोल गल चलेगी भी, सतगुरु जी तुहाडे सपुत्र का बाज बाबा गुरदत्ता जी का उस्मान खान लै गया, पेंदे खां का जवाई। सतगुरु कहिंदे, कोई गल नहीं, बुलाया पेंदे खां नूं, उतरा ही आ गया। सतगुरु कहिंदे, पोशाक नहीं पा के आया भाई, तैनू हुक्म सी, हुक्म मन्ने होए प्रवान ता खसमे का महल पाए सी, हुक्म क्यों नहीं मन्या, तू उतरा ही आ गया। वह कहिंदा जी, मैनू बाहरों पता लगा, मैं बाहरों बाहर आ गया। कहिंदे, कोई गल नहीं, शामा नूं पा के आई, शामा नूं आया ही ना। इतिहास कहिंदा, अगले भलके सतगुरां बुलाया, फिर पोशाक तो बिना आ गया। सतगुरु कहिंदे, अज नहीं पा के आया भाई जी, मैनू बाहरों सुनिया मिल गया, मैं आ गया। सतगुरु कहिंदे, बह जा, सच बोलदा, क्योंकि गुरु घर में झूठ नहीं चलेगा, रंचक मात्र झूठ नहीं चलेगा, सच है। आख्या, तू ये दस, पेंदे घोड़ा तेरे कोल है? जी मेरे कोल है। आख्या, तलवार तेरे कोल है? जी मेरे कोल है। पोशाक तेरे कोल है? मेरे कोल है जी। ते सतगुरु कहिंदे, साडे गुरदत्ते दा चिट्टा बाज भी फिर तेरे कोल है? ये मुकर गया। कहिंदा, नहीं जी। सतगुरु कहिंदे, पेंदे खां, गुरु नानक दा घर है, झूठ ना बोल, ना मुकर, तेरे घर बाज है। कहिंदा जी, केड़ा बाज? तुसी एवें सिखां दे आखे मैनू चोर बनाई जांदे। आख्या, फिर बह जा, जा भाई बीधी चंद पता कर। पता किया, भाई बीधी चंद जी गया भादरों के दिन, इस तरह उहदा जवाई सुत्ता चबारे विच, जाके वेख्या दोने बाज पिंजरे विच, बाज फड़े, पोशाक घोड़ा लैके बीधी चंद जी आ गया। आके विखाया, आख्या, कित्थों आईयां चीजां? कहिंदा जी, लै ये तां पता ही है सानू, ये डाकुआं दा सरदार, तुसी बीधी चंद कोल रखिया, इहदे कोल जुगतियां बड़ियां, की पता इन्हें लुकाया होगा लैण दा। सतगुरु कहिंदे, होर झूठ, वो तो गुरु घर का डारी नहीं समझदा, बहुत माड़ी गल है, इहनू कढ दिओ बीधी चंद जी, ये नहीं साडे कम दा रहा। फिर तुहानू पता ही है बीधी चंद किवें कढदा हुंदा है, उहने फड़ के गलों जदों पंज सत दस रखियां, मूँह सुजा जिहा लैके चला गया। तो जाके जो घर पहुंचा, वो जवाई कहिंदा, अब्बा की होया? कहिंदा, ये तेरे सरोपे तेरी पग मिली है मैनू, तेरी करतूत के कारण सिखां ने धक्के मारे, घसुन मारे। कहिंदा, चंगा होया, एडा ढीठ। कहिंदा, चंगा होया, आपां बदला लवांगे, पहला बाज तो लड़ाई हुई सी, वह बादशाह का बाज नहीं सी दिता, अज साडा बाज चुरा के लै गया, छेती कर चलीए। बादशाही नवी नवी बड़ी तेज है, उन्हें मीरी पीरी के मालक नूं छड़ना नहीं। तेरे चाचे का पुत्र कुतुब खान जलंधर का सूबेदार, उन्हें नाल लईए ते चलीए। ये उहदे कोल गए, चले लाहौर पहुंचे, दिल्ली तो दौरा करदा बादशाह शाहजहान लाहौर पहुंचा, जाके उस राज दरबार विच इन्हें करके खेखन हैगा झूठा है आपसी, पर गुरु के सिखां नूं ते गुरु घर नूं नीवा विखाउण वास्ते एक बड़ी खेखन करके झूठी रिपोर्ट इसने भरे दरबार विच। लाहौर दे पैंदे खास तां मार, उन्हें रो रो दसी वादा।
ਰੱਬ ਨੂੰ ਵੇਚ ਕੇ ਸਤਿਕਾਰਯੋਗ ਗੁਰੂ ਘਰ ਦੇ ਅਨੰਨ ਸੇਵਕ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਗੁਰੂ ਸੰਗਤ ਵਿੱਚ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦਿਆਂ ਹੋਇਆ ਸਹਿਤ ਜਥੇ ਮਹਾਂਪੁਰਖਾਂ ਨੇ ਆਪਣਾ ਜਥਾ ਭੇਜ ਦਿੱਤਾ ਹੈ। ਪਹੁੰਚਣ ਵਾਲੇ ਨੇ ਸਤਿਕਾਰਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਉਹਨਾਂ ਦੇ ਜਥੇ ਨੂੰ ਜੀ ਆਇਆਂ ਆਖੀਏ ਜੀ। ਸਾਥੀ ਜਥੇ ਪਹੁੰਚ ਚੁੱਕੇ, ਸਾਡਾ ਫਰਜ਼ ਬਣਦਾ ਹੈ ਜਿੱਥੇ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਢਾਡੀ ਜਥੇ ਵੱਲੋਂ ਹਾਰਦਿਕ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਇੱਕ ਜਕਾਰਾ ਬੁਲਾ ਕੇ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਲਈਏ ਅਤੇ ਨਾਲੇ ਮਹਾਂਪੁਰਖਾਂ ਨੂੰ ਜੀ ਆਇਆਂ ਨੂੰ ਆਖੀਏ ਜੀ। ਬੋਲੇ ਸੋ ਨਿਹਾਲ ਸਤਿ, ਗੁਰੂ ਘਰ ਦੀ ਖੁਸ਼ੀ ਪ੍ਰਾਪਤ ਹੁੰਦੀ ਰਹਿੰਦੀ ਹੈ ਜਦੋਂ ਸਤਨਾਮ ਵਾਹਿਗੁਰੂ ਜਪੀਏ, ਸਰਬੱਤ ਦੇ ਭਲੇ ਦੀ ਅਰਦਾਸ ਔਰ ਜਕਾਰਾ ਬੁਲਾਈਏ, ਇਹ ਗੁਰੂ ਦੀ ਕਿਰਪਾ ਹੈ। ਮੈਂ ਹੁਣ ਪ੍ਰਸੰਗ ਨੂੰ ਬਹੁਤ ਨੇੜੇ ਲੈ ਜਾਣਾ ਕਿਉਂਕਿ ਸਮਾਂ ਹੋ ਜਾਣਾ ਹੈ, 15 ਕੁ ਮਿੰਟ ਬਾਕੀ ਨੇ। ਭਾਈ ਤ੍ਰਿਲੋਚਨ ਸਿੰਘ ਜੀ ਕਹਿ ਰਹੇ ਸੀ, ਬਾਬਾ ਜੀ ਕੱਲ੍ਹ ਬੜਾ ਆਨੰਦ ਆਇਆ ਪਰ ਸ਼ਾਂਤਮਈ ਰਿਹਾ ਪ੍ਰੋਗਰਾਮ, ਢਾਡੀ ਕਲਾ ਦੇ ਨਾਲ ਵਾਰਾਂ ਸੁਣਾਓ। ਠੀਕ ਹੈ ਜੀ, ਢਾਡੀ ਵਾਰਾਂ ਦੇ ਨਾਲ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ ਉਹਦੇ ਮੁਤਾਬਕ ਮੈਂ ਬੇਨਤੀ ਕਰ ਰਿਹਾ। ਜਦੋਂ ਪੈਂਦੇ ਖਾਂ ਨੇ ਝੂਠ ਬੋਲਿਆ ਜਾ ਕੇ ਬਾਦਸ਼ਾਹ ਛਾ ਜਾਣ ਦੇ ਦਰਬਾਰ ਵਿੱਚ, ਸੁੱਟ ਕੇ ਪੱਗ ਪਿੱਟ ਕੇ ਆਖਿਆ ਲੁੱਟੇ ਗਏ, ਮਾਰੇ ਗਏ, ਕੱਖ ਨਹੀਂ ਰਿਹਾ, ਤਬਾਹ ਹੋ ਗਏ, ਤੇ ਬਾਦਸ਼ਾਹ ਨੇ ਅੱਖਾਂ ਟੱਡ ਕੇ ਆਖਿਆ ਓਏ ਪੈਂਦੇ, ਤੂੰ ਤੇ ਸਿੱਖਾਂ ਦੇ ਪੀਰ ਦੀ ਸਿਫਤ ਬੜੀ ਕਰਦਾ ਸੀ, ਤੂੰ ਤੇ ਉਹਨਾਂ ਦੇ ਗੁਰੂ ਦੀ ਬੜੀ ਸੇਵਾ ਕਰਦਾ ਸੀ, ਤੈਨੂੰ ਉਹਨੇ ਪਾਲਿਆ ਸਵਾਰਿਆ ਸਭ ਕੁਝ ਕੀਤਾ, ਉਹ ਕੀ ਹੋਇਆ? ਜਦੋਂ ਇਹ ਗੱਲ ਕਹੀ ਕਹਿੰਦਾ ਜੀ ਬਹੁਤ ਮਾੜੀ ਹੋਈ ਹੈ, ਮੇਰੀ ਤਲਬ ਛਮਾਹੀ ਨੱਪ ਲਈ, ਮੇਰੀ 6 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ। ਝੂਠ ਕਹਿੰਦਾ ਜੀ ਮੈਨੂੰ ਸਿੱਖਾਂ ਕੋਲੋਂ ਕਟਾ ਕੇ ਆਪਣੇ ਘਰ ਵਿੱਚੋਂ ਕੱਢਿਆ ਮੈਨੂੰ ਧੱਕੇ ਮਾਰ ਕੇ, ਤੇ ਜਦ ਨਾਮ ਲਿਆ ਮੈਂ ਤੁਸਾਂ ਦਾ ਅੱਗੋਂ ਬੋਲੇ ਵਿੱਚ ਹੰਕਾਰ 6ਵੇਂ ਪਾਤਸ਼ਾਹ ਦੇ ਉੱਪਰ ਊਂਜ ਲਾਉਂਦਾ ਹੈ। ਕਹਿੰਦਾ ਜਦੋਂ ਮੈਂ ਤੁਹਾਡਾ ਨਾਂ ਲਿਆ ਵੀ ਮੈਂ ਬਾਦਸ਼ਾਹ ਕੋਲ ਜਾਵਾਂਗਾ ਤੇ ਮੈਨੂੰ ਹੰਕਾਰ ਨਾ ਕਹਿਣ ਲੱਗੇ, ਜਾ ਜਿਹੜੇ ਪਿਓ ਨੂੰ ਲਿਆਉਣਾ ਲਿਆ। ਬਾਦਸ਼ਾਹ ਸ਼ਾਹਜਹਾਨ 7 ਕੱਪੜੀ ਸੜ ਗਿਆ, ਕਹਿੰਦਾ ਇਹ ਗੱਲ ਇੱਕ ਪੀਰ ਆਖੇ ਸਿੱਖਾਂ ਦਾ ਗੁਰੂ? ਆਪਣੇ ਵਜ਼ੀਰ ਖਾਂ ਵਜ਼ੀਰ ਨੂੰ ਕਹਿਣ ਲੱਗਾ ਵੀ ਇੱਕ ਗੱਲ ਮੈਂ ਇਹਦੇ ਮੂੰਹੋਂ ਸੁਣੀ ਹੈ। ਕਹਿੰਦਾ ਵੀ ਅੱਗੇ ਵੀ ਚੜ ਕੇ ਆਏ ਸੀ, ਸਾਥੋਂ ਖਾਧੀ ਰਣ ਵਿੱਚ ਹਾਰ, ਇਹ ਗੱਲ ਹੋਈ ਹੈ? ਪਰ ਅੱਗੇ ਬਾਦਸ਼ਾਹ ਸਲਾਮਤ ਭਾਵੇਂ ਮਾਰੋ ਤੇ ਭਾਵੇਂ ਛੱਡੋ, ਇਹ ਗੱਲ 3 ਵਾਰ ਹੋਈ ਹੈ। ਅੱਛਾ, ਇੱਕ ਵਾਰ ਮੁਗਲਿਸ ਖਾਨ ਚੜਿਆ,
7000 फौज लैके पुतली घर की लड़ाई हुई, तुहाडी फौज चढ़ के गई मारी गई सिखां दे वल्लों, जित होई। उदों इह पैंदे खां विच सी, जदों इह गल कही ना पैंदे खां वल, उह कहिंदा बादशाह मैं जरूर विच सी, जंग मैं जीती है, पर उहदे कारण ही ते मैनूं धक्के पए। फिर झूठ, इह नहीं पता भी मैं हंकार बोलिया। कहिंदे फिर दूजियां जंगां, कहिंदे जी दूजी जंग एक हरगोबिंदपुरे की घेरण वल्लों होई, उहदे विच वी तुहाडा अब्दुल्ला खां चढ़ के आया सी, जिहदे थां हुण इहदा चाचे दा पुत कुतुब खां बैठा है जलंधर दा सूबेदार, उह वी मारिया गया 15000 फौज लै के। बादशाह कहिंदा दो वार मारे गए, सुनो जी तीजी वार भी मारे गए, जदों बिधी चंद घोड़े लै गया किले विचों कढ के, इत्थों चढ़िया तुहाडे कोलों लला बेग, उह 35000 फौज लै के गया मालवे की धरती विच गुरु वल्लों, फिर जित हो गई, उह मारिया गया। फिर बादशाह कहिंदा सच्चाई आ गया गुरु दे, जे तुसीं 3 वारी मारे गए, चढ़ के गए हार गए, ते फिर गुरु सच्चाई आ, भावें पैंदे खां झूठ बोले ते भावें सच, आ पैंदे खां दी गल सच्ची लगदी है। हुण की होना चाहीदा? काले खान आ गया गवर्नर पिशौर दा, उस टाइम बादशाह दे कोल बह गया, कहिंदा जी पहली जंग विच जिहड़ा मारिया गया मेरा भरा, उहदा मैं बदला लैणा चाहुंदा, जिहड़ा पहली जंग विच पुतली तल मारिया गया, मैनू फौज का कमान बनाया जाए। काले खां कहिंदे वी तू सियाणा है, हुण की होणा चाहीदा दस। फिर कहिंदा जी इहदी मदद करो, इह नाले कहिंदा मैं सारे गुरु दे ढंग जानना, गुरु नूं बन्न के लै आवांगा, ते इह गल ते आपां नूं बड़ी सौखी होवेगी जे पैंदे खां गुरु नूं बन्न लवे फौज, बाकी सिख ते ही मार देणे। कहिंदे काले खां किन्नी फौज चाहीदी? कहिंदा जी मैनूं 50000 फौज दिओ, क्योंकि 7.5 मारी गई, 15 मारी गई, 35 मारी गई, हुण फिर ज्यादा चाहीदी है ना। ते बादशाह शाहजहान कहिंदा जे 50000 फौज जानी फिर तू उत्थे की करना, उहनां ते बहुत ज्यादा जित लिआउणा। कहिंदा नहीं 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 नहीं, बादशाह सलामत, गुरु नूं एवें ना जाणो, उह बहुत वड्डा बलवान है, वली अल्लाह पैगंबर है, उहनूं कितें जितना सौखा है। आख्या फिर 50000 फौज नाल जितेगा? मैं जितांगा जी, भरा दा बदला लवांगा, तैनूं दित्ती 50000 फौज। ਕੋਲੋਂ ਬੋਲਿਆ ਕੁਤਬ ਖਾਨ ਵੀ ਮੈਂ ਪਿੱਛੇ ਨਾ ਰਹਿ ਜਾਂ, ਮੇਰੇ ਤਾਏ ਦਾ ਪੁੱਤ ਹੈ। ਆਖਿਆ ਜੀ ਪੈਂਦੇ ਖਾਨ ਦੀ ਮੈਂ ਮਦਦ ਕਰਦਾ, 20000 ਫੌਜ ਮੈਂ ਦੇਵਾਂਗਾ, 70 ਹੋ ਗਈ। ਪੈਂਦੇ ਖਾਨ ਕਹਿੰਦਾ ਜੀ 5000 ਮੈਂ ਆਪਣੇ ਭਰਾ ਪਠਾਨ ਜੋੜ ਲੈਣੇ, 75000 ਹੋ ਗਈ। 75000 ਫੌਜ ਲੈ ਕੇ ਲਾਹੌਰ ਤੋਂ ਚੜ੍ਹੇ, ਮਾਰੋ ਮਾਰ ਕਰਦੇ ਪਹਿਲਾ ਪੜਾਅ ਗੋਂਦਵਾਲ ਦੇ ਪੱਤਣ ਤੇ ਕੀਤਾ। ਰਾਤ ਪਈ, ਆਖਿਆ ਬਾਕੀ ਸਫ਼ਰ ਕਿੰਨਾ ਗਿਆ? ਕਹਿੰਦੇ ਜੀ ਬਾਕੀ ਸਫ਼ਰ ਜਿਹੜਾ ਉਹ ਇੰਨਾ ਹੋਰ ਹੈ। ਅਗਲੇ ਭਲਕ ਬੇੜੀਆਂ ਦਾ ਪੁਲ ਪਾਰ ਕਰਕੇ ਕਾਲੇ ਖਾਂ ਗਵਰਨਰ ਪੰਜਾਬ ਸੂਬਾ ਨਾਲ ਉਹਦੇ ਜੈਨ ਖਾਂ ਅਨਵਰ ਖਾਂ ਹੈ ਲਾਹੌਰ ਦਾ, 5 ਜਰਨੈਲ ਨੇ, ਕਾਲੇ ਖਾਨ, ਅਨਵਰ ਖਾਨ, ਉਸਮਾਨ ਖਾਨ, ਪੈਂਦੇ ਖਾਨ ਅਤੇ ਕੁਤਬ ਖਾਨ, ਇਹ ਚੜ੍ਹੇ ਆ ਰਹੇ ਨੇ। ਆਖਿਆ ਕਿੱਡੀ ਕੁ ਦੂਰ ਆ? ਛਾਵਾਂ ਪੈ ਚੱਲੀਆਂ ਨੇ 10 ਪੈਂਦੇ ਖਾਂ। ਕਹਿੰਦਾ ਜਿੱਥੇ ਜਾ ਕੇ ਰਾਤ ਪੈ ਜਾਏਗੀ ਉੱਥੇ ਗੁਰੂ ਦਾ ਡੇਰਾ ਹੈ। ਉਹ ਰਾਤ ਪੈ ਗਈ ਬੀਰ ਪਿੰਡ ਦੇ ਕੋਲ, ਇਹਦੇ ਸਹੁਰੇ ਅਤੇ ਇਹਦੇ ਪਿੰਡ ਦੇ ਕੋਲ। ਜਦੋਂ ਵੇਖਿਆ ਫੌਜਾਂ ਨੇ ਵੀ ਪਿੰਡ ਆ ਗਿਆ ਲੱਗਦਾ, ਉਹਨਾਂ ਇਹਦੇ ਦੋਵੇਂ ਪਿੰਡ ਲੁੱਟ ਲਏ। ਜਦੋਂ ਇਹਦੇ ਪਿੰਡਾਂ ਦੇ ਭੱਜ ਕੇ ਪਏ ਤਾਂ ਸਾਰੇ ਪਠਾਣ ਕਹਿੰਦੇ ਉਹ ਤੇਰਾ ਬੇੜਾ ਗਰਕ, ਤੂੰ ਸਾਡੇ ਪਿੰਡ ਲੁਟਾ ਦਿੱਤੇ। ਅਤੇ ਇਹ ਭੱਜ ਕੇ ਡੱਕਣ ਪਿਆ ਫੌਜਾਂ ਨੂੰ, ਅਤੇ ਕਾਲੇ ਖਾਂ ਗੁੱਸਾ ਖਾ ਕੇ ਕਹਿੰਦਾ ਉਹ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਡੇਰਾ ਅਜੇ ਗੁਰੂ ਦਾ ਦੂਰ ਹੈ? ਉਹ 5000 ਰੁੱਸ ਗਏ, ਬਾਕੀ 70 ਰਹਿ ਗਏ। ਪਹਿਲੀ ਹਾਰ ਤੇ ਰਾਹ 'ਚ ਹੀ ਹੋ ਗਈ। ਜੋ ਹੰਕਾਰਿਆ ਸੋ ਮਾਰਿਆ, ਚੜ੍ਹ ਕੇ ਆਏ ਗੁਰੂ ਤੇ। ਲਓ ਜੀ, ਇਹਨਾਂ ਨੇ ਆਖਿਆ ਵੀ ਧਾਵਾ ਬੋਲ ਦੇਣਾ ਚਾਹੀਦਾ ਰਾਤੋ ਰਾਤ। ਤੇ ਕਾਲੇ ਖਾਂ ਕਹਿੰਦਾ ਨਹੀਂ ਨਹੀਂ, ਅੱਗੇ 3 ਵਾਰ ਹਾਰ ਹੋਈ ਆ, ਜਦ ਤੱਕ ਮੈਂ ਡੇਰੇ ਦਾ ਪਤਾ ਨਾ ਲਵਾਂ, ਸੂਹ ਨਾ ਲਵਾਂ ਕਿੰਨੇ ਸਿੱਖ ਨੇ, ਮੈਂ ਨਹੀਂ ਧਾਵਾ ਬੋਲਾਂਗਾ। ਜਾਓ ਇੱਕ ਜਣਾ CID ਕੱਢੋ। ਕਹਿੰਦੇ ਫਿਰ ਅਨਵਰ ਖਾਂ ਨੂੰ ਭੇਜੋ। ਅਨਵਰ ਖਾਂ ਭੇਜਿਆ ਲਾਹੌਰ ਵਾਲਾ, ਇਹ ਲਾਮੀ ਦਾੜੀ ਲਾ ਕੇ ਭੇਸ ਬਦਲ ਕੇ ਗਿਆ ਸਿੱਖਾਂ ਦੇ ਕੋਲ ਬੈਠਾ। ਅੱਗੇ ਸਿੱਖ ਚਰਚਾ ਕਰ ਰਹੇ ਸੀ ਵੀ ਸੁਣਿਆ ਪੈਂਦੇ ਖਾਂ ਜੁੱਤੀਆਂ ਖਾ ਕੇ ਗਿਆ, ਉਹ ਜਾ ਕੇ ਬਾਦਸ਼ਾਹ ਦੀ ਫੌਜ ਚੜ੍ਹਾ ਕੇ ਲਿਆਵੇਗਾ, ਵੱਡੀ ਤਾਦਾਦ ਵਿੱਚ ਫੌਜ ਆਵੇਗੀ। ਕੀ ਹੋਣਾ ਚਾਹੀਦਾ ਭਾਈ ਭੱਲਣ ਜੀ, ਕੀ ਹੋਣਾ ਚਾਹੀਦਾ ਭਾਈ ਜੇਠਾ ਜੀ? ਵਿਚਾਰਾਂ ਚੱਲ ਰਹੀਆਂ ਨੇ ਸਿੱਖਾਂ ਵੱਲੋਂ, ਤੇ ਕੋਲੋਂ ਬੈਠੇ ਇੱਕ ਸਿੱਖ ਨੇ ਬੋਲ ਕੇ ਆਖਿਆ ਗੱਲ ਕਿਹੜੀ ਹੈ? ਜਿੱਡੀ ਮਰਜ਼ੀ ਫੌਜ ਆ ਜਾਏ, ਇੱਥੇ ਤਾਂ ਗੁਰੂ ਦੀ ਕਿਰਪਾ ਦੇ ਨਾਲ, ਆਹ ਗੱਲ ਚੇਤੇ ਰੱਖਿਓ, ਗੁਰੂ ਦੀ ਕਿਰਪਾ ਦੇ ਨਾਲ ਸਿੱਖ ਡੰਡੇ ਨਾਲ ਸ਼ੇਰ ਮਾਰ ਲੈਂਦੇ ਆ। ਭਾਈ ਭੱਲਣ ਨੇ ਮਾਰਿਆ ਸੀ ਕਰਤਾਰਪੁਰ ਸ਼ੇਰ, ਜਦੋਂ ਗੱਲ ਕਹੀ ਡੰਡੇ ਨਾਲ ਸ਼ੇਰ ਮਾਰਨ ਦੀ, ਤੇ ਉਹ ਕਹਿੰਦਾ ਜਾ ਖੁਦਾ, ਕਿਉਂਕਿ ਚੋਰੀ ਬੈਠਾ ਸੀ ਸਿੱਖ ਬਣ ਕੇ, ਉਹਦੇ ਮੂੰਹੋਂ ਖੁਦਾ ਨਿਕਲਿਆ। ਤੇ ਵੇਖਿਆ ਬਿਧੀ ਚੰਦ ਨੇ ਵੀ ਖੁਦਾ ਵਾਲਾ ਕਿਹੜਾ, ਉਹ ਉੱਠ ਕੇ ਭੱਜਣ ਲੱਗਾ। ਬਿਧੀ ਚੰਦ ਨੇ ਢਾਲਿਆ,
खूब रगड़िया। वह कहिंदा तुहाडे गुरु का वास्ता सिखो मारियो ना, मैं सीएडी लैण आया सी, सतगुरां दे पेश कीता। महाराज कहिंदे सिखो जिहड़ा सच बोले वह भावें दुश्मन भी होवे, साडे घरों की नरादरी नहीं होनी चाहिए। पहली गल तां जो शरण आवै तिस कंठ लावै, इह बिरद स्वामी सिंधा जिहड़ा शरदा नाल आउंदा सी गल नाल आउने आ, जिहड़ा चढ़ के आए उहनूं तेग भिखिया पाउने, पर इहने सच बोलिया इहनूं जाण दिओ। सतगुरां ने छड़ दिता उस पापी नूं भी छड़ दिता। हुण इह जांदा है सी आई डी की दिंदा है, वेख्या भी गुरु ते बख्शेंदा है ते नरवायर है, सिखां दा कोई कसूर नहीं चढ़ के ते इह आए ते नाले जे पैंदे खां नूं वज्जियां ने ते दूजे भी सुके क्यों रह जाण, मैनू भी वज्जियां ने। उहने अंदर इह गल सोच ली मैनू भी, इह गुरु की कृपा होई। जदों गए तो वह मसाला जगा के डीक रहे सी, रात बीतती जाती अमृत वेला हुंदा जांदा भी मुड़िया नहीं है अनवर खां, जदों वेख्या आउंदा उन्हें मसाल तां करके आख्या अनवर छेती आ, की सी आड़ी है की गुरु दा सिखां दा उत्थे फौज किन्नी है। इहने वखियां फड़ियां औखा जिहा फड़दा नेड़े आ गया, कहिंदे छेती दस। कहिंदा जी की दसां, गुरु के सिख ते छक के लंगर ते धड़ी धड़ी दे घराड़े मार रहे, उन्हां नूं ते पता ही कख नहीं, तुहाडी फौज का कोई पता नहीं, वह लंगर खा के सुते पे घराने मारी जाते। कहते अच्छा ते गुरु, कहते जी गुरु इशनान करके भगती दे बह गया, उन्हें अखा मीट लिया रब नाल जुड़ गया, एहो मौका चढ़ाई करन दा छेती करो। काले खां कहता नफरी किन्नी है, कहता नफरी मैनू थोड़ी जी लगी है। इतिहास भी यह गल कहता भी 3600 सिख सन, उधर 75,000 सी, 5 गए 70 रहे, 3600 दे विचों भी कुछ सिख घरां नूं गए सी, 32 दे करीब 3100 सिख उत्थे ने। मेरे सतगुरु सच्चे पातशाह जी दे सरद बंद होए सूरमे बैठे ने। काले खां ने आख्या भी बोल दिओ अल्लाह, जदों बोलिया ते इन्हां ने तीर कस कस के सिखां ने जदों निशाने बाबा गुरदत्ता जी बाबा बिधि चंद जी ने निशाने लाए, मसाल ची सुट लाए ते सत करतार दे जकारे बचा बुलाए, नेरा हो गया ते मुगल आपस दी भिड़ के मर गए, 12,000 फौज मारी गई, क्योंकि चढ़ के आए सी पापी के मारने को पाप, उन्हां दा पाप लै बैठा। जदों वेख्या भी इहदे विच सिख ही कोई नहीं, वो सारे अपने हैं, वह कहिंदा ओए अनवर तू सी आई डी जिहड़ी दित्ती है ये सच है? वह बेचारा लुकण लग पिया भी सी आई डी जिहड़ी दित्ती मैं सची तो नहीं, वह कहिंदे इधर आ, उन्होंने फड़के ढा लिया जिहड़ी रहिंदी खुंदी कसर सी उन्होंने कढ ली, ते जदों आया सी उदों रगड़िया सीगा सिखां ने ते औखा जिहा तुरदा सी, कहिंदे तू इतना क्यों तुरना, कहिंदा सिखां दा बचिया होया कड़ा मैं खा लिया आफर गया ज्यादा, वो आफर भी उन्हें ला दी ढा ढा के कुटिया, कहिंदे झूठ झूठ बोलिया। दिन चढ़िया, लो जी दिन चढ़िया, आख्या पैंदे खां लड़ाई हुण छेड़नी चाहीदी है। चेता रखियो जी मैं एक गल विचों कविता छड़ चलिया पर गुस्ताखी माफ, आखिरी बार पढ़ांगा। चार साहिबजादे मेरे पातशाह जी दे हाजर ने, बाबा अटल राय जी चढ़ाई कर चुके ने, बाबा सूरजमल जी, बाबा गुरदित्ता जी, बाबा अणी राय जी ते तेग बहादुर साहब जी, चारे साहिबजादे हाजर ने। ये फौज दे विच एक पासे बाबा बिधि चंद जी नाल दो साहिबजादे ते दो साहिबजादे एक पासे, चारे लड़दे ने दुश्मन दे दंद खट्टे कर दिते साहिबजादियां ने। लड़ाई दूजे नंबर दी भी इन्हां नूं हार होई, पहली रात हो गई फिर अमृत वेले भी हो गई। पैंदे खां नूं पै गया काले खां टुट के भी तू कदों कम आउणा है, ओह जिहड़ा सानूं चढ़ा के लिआया मरवा के ही अगे होणा है, तू ते कहिंदा मैं गुरु नूं चुक के लैवांगा अगे हो। लो जी पैंदे खां होया अगे, जिस मेरे सतगुरु ने पालिया सी हथी पालिया पुत्र, अकिरत घर बन के मेरे सतगुरु के आके वार किवें करदा है, सतगुरु वार किवें रोकदे, उहदे वार रोकण तो बाद उहनूं जमपुरी ऐं पहुंचाउंदे ने मेरे नाल। Oh,
छेवे पाछा दे हो के सामने छेवे पाछा दे हो के सामने पकार की ते गुरा दे कर सनू गया है धारे मालक ने हथिया पालिया हथी आप बालिया सोचे कीर्त गहनवार रोक लिया सिर का भी पातशाह सिर खावित पाछा तलवार फिर कर दारे टूट गई तलवार वज ढाल दे टूट गई तलवार वज ढाल दे बड़ी जान ते पैगी हथा पैर दी कन होशियार सोच के कोड़े दे चलो
मेरी पीरी दे मालक सच्चे पातशाह उपर अकिरत कर ने वार कीता। पहला वार आपने सुन लिया जो सुटिया ते सतगुरां ने रकाब ते रोक लिया, घोड़े की वाग चीरी चरणा दे विच रकाब दे विच जेड़े चरण सन तां कर दते रकाब दे उते पिया। पहला वार पहंदे खां दा वार खाली गया ते काले खां दा मत्था ठणके आख्या, ओए पापिया तू सानू चढ़ा के लिया ते जिस गुरु ने पालिया उहदे ते वार कीता, पहला वार ही तेरा खाली गया गुरु दे पैरां ते पै गया। दूजा वार छेती नाल कीता सतगुरां ढाले ते रोकिया। तीसरा वार जोर नाल कीता तलवार नाल, तलवार भिड़ी ते मुठा हथ च रह गया, टुट गई तलवार, बनी जान नूं ते पै गई हथां पैरां दी। हुण सोचदा की है, दास सोच के घोड़े दे हेठां वड़ गया भी सने घोड़ा चुक के सट देना, बलवान सी सतगुरां सिखाया सी, पर यह गल ते नहीं ना उन्हें वेखी के दल भंजन गुर सूरमा वड जोधा बहो पारे उपकारी। उत्ते तां गुरु पारे उपकारी है, लगा चिकन जदो उन्हें भज के थले वड़िया ते कुल्ले वाली पग पछां डिग पी, देग जिड़ा सिरे दा अगले पासे निकलिया। सतगुरां ने सत करतार कह के ढाना मारिया, इहदी दो फाड़ कर दित्ती, ओ वड्डी टिंड ओ जा पिया। हाए अम्मा आख्या जेड़ा कदे ढाडियां ने आख्या सी मार दुष्टा करन तगीर दी पग तेरी की जागीर। अज मेरे सतगुरु घोड़े तो उतर के पैंदे खां दे मूंह उत्ते छा कीती ढाल दी, आख्या ओए पैंदे इह गुरु नानक दा घर है, जे चढ़ के आया सी ते तेग पिखिया पई, उठ सूरमा तू साडे नाल लड़, तेनू सारे दास सिखाए पर तेनू ए नहीं सी पता भी गुरु तलवार तो खंडे तो बिना होर भी शस्त्र चला सकदा, ढाले नाल ही मूर्छा हो गया। उठ इहने कहिंदे हरकत कीती, सतगुरु आख्या अम्मा आखण दी लोड़ नहीं, अल्लाह कहे समा आ गया, मार दुष्टा करन तगीर दी, उहदी सवार लगे ने, पर यह हरकत करके गुरु के गल पिया। सतगुरु खंडे का वार करके जमपुरी पहुंचाया, जित मेरे पातशाह जी की होई। सत करतार, सत करतार ने जकारे बुलाए गए, पिछे रह गया काले खां ते कुतब खान, दोनों ने सोचा भी हुण केड़ा मूह लैके जावांगे, गुरु ते धावा बोलते ने, मेरे सच्चे पातशाह दोनों सूरमियां नूं मैदान दे विच ऐन घायल करते ने, बची खुची लंगड़ी फौज जड़ी माड़ी मोटी बची, ओ गुरु की जित की गल बादशाह दे दरबार में जाके करते ने। चलदा प्रसंग जित चौथे जग की मीरी पीरी के मालिक सच्चे पातशाह की होई। सिखा की जय जयकार। इन्ना कुछ कहते क्योंकि समा दो चार मिनट उपर चला गया, जथे नू जी आया कहने महापुरखों का आप अनमोल कीर्तन सुनना है, उन्हों की रसना तो प्रवचन सुनने ने, वो गुरु वाले ने ते गुरु नाल जोड़न आए भुला चुका की माफ़ी। कल प्रसंग आ गुरु नानक साहब जी के सिख बाबा बुढ़ा साहब जी के जीवन के प्रकाश आदि श्री गुरु ग्रंथ साहब जी का इतों तक प्रसंग चलिया, अज उतों लैके चौथी जंग तक कल का जिवें हुक्म होगा प्रबंधकों के हुक्म नाल सेवा करांगे। भुला चुका की माफ़ी, गुरु की आमद विच आप जुड़े हो, जी आया नूं पातशाह कृपा करन सिखी प्राप्त करन आए हो, ते इसे अल्फाज नाल मैं गुरु के चरणों में जोड़ांगा कि सिखी सिख्या गुर विचार, गुरु के शब्द की विचार करनी, सिखी प्राप्त करनी है, सिख्या लैके जानी है, दो वेले नितनेम नाल जुड़ना है, ते भागा वाले खंडे बाटे का अमृत छकना है, गुरु वाले बनना है, जदों एक दूजे नूं मिलना है ते सत्कार नाल आखियो जी वाहे गुरु जी का खालसा वाहे गुरु जी।